ਜਿਹਨੇ ਮੇਰੇ ਵੀਰ ਸਾਡੇ ਬਹੁਤ ਹੀ ਸਤਿਕਾਰਯੋਗ ਥੈਂਕ ਯੂ ਸਾਡੇ ਪਰਮ ਮਿੱਤਰ ਭੀਮ ਸਿੰਘ ਜੀ ਤੋਲੇਵਾਲ ਸਾਡੇ ਵਿੱਚ ਪਹੁੰਚ ਰਹੇ ਨੇ ਜੀ ਸਵਾਗਤੀ ਕਮੇਟੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਲੈ ਕੇ ਆਓ ਔਰ ਰਾਜ ਕਮਲ ਗਿੱਲ ਜੀ ਕੌਮੀ ਜਨ ਸਕੱਤਰ ਯੂਥ ਅਕਾਲੀ ਦਲ ਉਹ ਵੀ ਪਹੁੰਚੇ ਨੇ ਨੌ ਨਿਹਾਲ ਸਿੰਘ ਜੀ ਗੁਰਬਖਸ਼ ਸਿੰਘ ਜੀ ਰਾਹੁਲ ਚੀਮਾ ਗਿੱਲਾਂ ਤੋਂ ਉਹਨਾਂ ਦੇ ਨਾਲ ਆਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਇਸ ਸਾਈਡ ਵੱਲੋਂ ਖੁਸ਼ ਹੋ ਕੇ ਜੀ 1000 ਰੁਪਈਆ ਜੱਸੀ ਮਾਨਵੀ ਜੀ ਵੱਲੋਂ 1000 ਰੁਪਇਆ ਸ਼੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਦੇ ਡਾਇਰੈਕਟਰ ਜਗਤਾਰ ਸਿੰਘ ਜੀ ਵੱਲੋਂ ਔਰ ਜੱਸੀ ਮਾਨਵੀ ਜੀ ਕਹਿੰਦੇ ਨੇ ਮੇਜਰ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਉਹਨਾਂ ਦੀ ਸਮੁੱਚੀ ਟੀਮ ਵੱਲੋਂ 51000 ਰੁਪਈਆ ਜੀ ਇਸ ਟੂਰਨਾਮੈਂਟ ਦੇ ਲਈ ਜ਼ੋਰਦਾਰ ਤਾੜੀਆਂ ਜੱਸੀ ਮਾਨਵੀ ਜੀ ਦੇ ਉਹਨਾਂ ਦੇ ਸਹਿਯੋਗੀਆਂ ਦੇ ਲਈ 51000 ਦਾ ਵੱਡਾ ਯੋਗਦਾਨ ਜੱਸੀ ਮਾਨਵੀ ਔਰ ਉਹਨਾਂ ਨਾਲ ਸਾਰੇ ਗੁਰਮੇਲ ਸਿੰਘ ਜੀ ਮੇਲੀ ਗੁਰਿੰਦਰ ਬੂਲਾਪੁਰ ਜੀ ਸਾਰਿਆਂ ਨੂੰ ਮੈਂ ਕਿਹਨਾਂ ਕਿਹਨਾਂ ਨਾਂ ਲਵਾਂ ਕੈਪਟਨ ਅਮਜਿੱਤਰ ਸਿੰਘ ਜੀ ਛੋਕਰਾਂ ਕੁਲਵਿੰਦਰ ਸਿੰਘ ਜੀ ਗੋਲੂ ਔਰ ਚਰਨਜੀਤ ਚੰਨਾ ਜੀ ਜਸਵੀਰ ਲਾਲਾ ਜੀ ਸਾਰਿਆਂ ਵੱਲੋਂ 51000 ਰੁਪਈਆ ਬਹੁਤ ਬਹੁਤ ਧੰਨਵਾਦ ਜੱਸੀ ਮਾਨਵੀ ਦਾ ਇੱਕ ਵਾਰ ਫੇਰ ਜੀ ਸਾਰੇ ਕਲੱਬ ਵੱਲੋਂ ਔਰ ਨਗਰ ਵੱਲੋਂ ਮਾਈ ਕੋਵਰ ਟੂ ਕਬੱਡੀ ਗਰਾਊਂਡ ਉਧਰ ਜੱਸੀ ਮਾਨਵੀ ਜੀ 51000 ਰੁਪਏ ਦੇ ਵੱਡੇ ਯੋਗਦਾਨ ਜਿਹੜੇ ਇਸ ਕਲੱਬ ਦੇ ਲਈ ਦਿੱਤੇ ਆ ਇੱਧਰ ਨੌਜਵਾਨ ਵਰਿੰਦਰ ਫਰਵਾਲੀ ਦਾ ਅਗਲਾ ਧਾਵਾ ਬੋਲਦਾ ਆ ਨੌਜਵਾਨ ਨੇ ਕਿਉਂਕਿ ਖੇਡ ਕਬੱਡੀ ਦੇ ਵਿੱਚ ਖੜਕਾ ਦੜਕਾ ਤਾਂ ਹੁੰਦਾ ਰਹਿੰਦਾ ਇੱਧਰ ਪੁਆਇੰਟ ਜੋ ਫਰਵਾਲੀ ਦੀ ਟੀਮ ਦੇ ਸਿਵੇ ਜਾ ਜੁੜਿਆ ਜੱਗਾ ਘਣੀਵਾਲ ਪਿੰਡ ਦਾ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਤੇਰਾ ਭੁੱਲ ਦਾ ਬਰਾੜਾ ਨਾ ਵਿਛੋੜਾ ਵੇ ਪਾ ਦੁਨੀਆ ਤੇ ਇੱਕ ਵਾਰ ਮੋੜਾ ਵੇ ਤੂੰ ਤਾਂ ਟੀਮ ਦੀ ਸੀ ਰੀੜ ਵਾਲੀ ਹੱਡੀ ਹਰਜੀਤ ਤੈਨੂੰ ਯਾਦ ਕਰਦੇ ਆ ਖੇਡ ਕੇ ਕਬੱਡੀ ਮਲਾਦ ਵਾਲੇ ਛਿੰਦੇ ਦੀਆਂ ਲਿਖੀਆਂ ਹੋਈਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਾਂਜੀ ਪਟਵਾਰੀ ਜੀ ਨੂੰ ਆਖਦਾ ਜੀ ਸਾਡੇ ਪਰਮ ਮਿੱਤਰ ਭੀਮ ਸਿੰਘ ਜੀ ਤੋਲੇਵਾਲ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਵੀ ਜੱਸੀ ਮਨਵੀ ਜੀ ਦੇ ਨਾਲ ਮੇਜਰ ਦੀ ਆਈਟਮ ਦੇ ਲਈ 1100 ਰੁਪਈਆ ਭੀਮ ਸਿੰਘ ਜੀ ਦੇ ਵੱਲੋਂ ਪਹਿਲਾਂ ਹੀ ਆ ਗਿਆ ਜੀ ਕਹਿੰਦੇ ਇਹਨਾਂ ਨੂੰ ਮੇਰੇ ਵੱਲੋਂ 1100 ਰੁਪਈਆ ਜੱਸੀ ਮਨਵੀ ਜੀ ਵੀ 1100 ਰੁਪਏ ਦੇ ਰਹੇ ਨੇ ਭੀਮ ਸਿੰਘ ਦੇ ਨਾਲ ਆਏ ਨੇ ਜਿੰਨੇ ਵੀਰ ਮੈਂ ਸਾਰਿਆਂ ਨੂੰ ਹੀ ਵੈਲਕਮ ਕਰਦਾ ਕਿਉਂਕਿ ਸਾਡੇ ਸਾਰੇ ਹੀ ਕਲੱਬ ਦੇ ਮੈਂਬਰ ਨੇ ਸਾਡੇ ਵਾਸਤੇ ਕੋਈ ਉਪਰੇ ਨਹੀਂ ਅਸੀਂ ਜੋ ਵੀ ਸੇਵਾ ਭੀਮ ਬਾਈ ਨੂੰ ਵੀ ਕਹਿਣੇ ਆ ਉਹ ਵੀ ਸਾਡੇ ਵਾਸਤੇ ਹਾਜ਼ਰ ਰਹਿੰਦੇ ਨੇ ਭੀਮ ਸਿੰਘ ਜੀ ਤੋਲੇਵਾਲ ਪਹੁੰਚੇ ਨੇ ਉਹਨਾਂ ਨੂੰ ਵੀ ਜੀਆਂ ਨੂੰ ਆਖਦਾ ਅੱਜ 62 ਜਾਫੀ ਦੇ ਲਈ ਜਿਹੜਾ ਮੋਟਰਸਾਈਕਲ ਦਿੱਤਾ ਜਾਣਾ ਸਰਦਾਰ ਭੀਮ ਸਿੰਘ ਜੀ ਤੋਲੇਵਾਲ ਉੱਥੇ ਹੀ ਸਵਰਗਵਾਸੀ ਜਥੇਦਾਰ ਹਿੰਮਤ ਸਿੰਘ ਜੀ ਲਾਂਗੜੀਆਂ ਉਹਨਾਂ ਦੇ ਪਰਿਵਾਰ ਵੱਲੋਂ 62 ਧਾਵੀ ਦੇ ਲਈ ਮੋਟਰਸਾਈਕਲ ਦਿੱਤਾ ਜਾਣਾ ਇੱਧਰ ਫਰਵਾਲੀ ਦਾ ਜੱਸਾ ਕਰਦਾ ਹੋਇਆ ਕੋਸ਼ਿਸ਼ ਪੁਆਇੰਟ ਜਿਹੜਾ ਫਰਵਾਲੀ ਦੀ ਟੀਮ ਦੇ ਸਿਵੇ ਜਾ ਜੁੜਿਆ ਹਾਂਜੀ ਓਪਨ ਦੇ ਫਸਟ ਰਾਊਂਡ ਤੋਂ ਬਾਅਦ 75 ਕਿੱਲੋ ਦੇ ਸੈਮੀ ਦੀਆਂ ਦੋਵੇਂ ਟੀਮਾਂ ਜਰਗੜੀ ਵਰਸਸ ਬਾਠਾਂ ਭਵਾਨੀਗੜ੍ਹ ਵਰਸਸ ਘਨੌਰ ਖੁਰਦ ਇਹ ਸੱਦ ਲਓ ਜੀ ਟੀਮਾਂ ਮੇਰੀ ਬੇਨਤੀ ਪੰਜ ਗਰਾਈ ਕਲਾਂ ਤੇ ਨਿਆਮਤਪੁਰ ਝੋਰੜਾ ਤੇ ਨਾਰੀ ਕੇ ਸਾਧੋ ਕੇ ਤੇ ਭਾਗੋ ਮਾਜਰਾ ਚੌਂਦਾ ਏ ਦਾ ਜਿਹੜਾ ਮੈਚ ਲਾਸਟ ਮੈਚ ਮਤੋਈ ਦੇ ਨਾਲ ਖੇਡਿਆ ਜਾਣਾ ਇਹ ਫਸਟ ਰਾਊਂਡ ਦੇ ਮੈਚ ਆ ਸਾਡੇ ਇੱਕ ਦੋ ਸਨਮਾਨ ਕਰਨਗੇ ਅਮਨ ਫਾਈਨਾਂਸ ਕੰਪਨੀ ਮਲੇਰਕੋਟਲਾ ਉਹਨਾਂ ਨੇ ਜਾਣਾ ਜੀ ਉਹਨਾਂ ਦਾ ਸਨਮਾਨ ਕਰਨਗੇ ਜੱਸੀ ਮਾਨਵੀ ਜੀ ਨੂੰ ਮੈਂ ਬੇਨਤੀ ਕਰਦਾ ਹੈਲੋ ਸਨਮਾਨ ਦਿਓ ਜੀ ਮੇਜਰ ਸਾਡਾ ਵੀਰ 1000 ਰੁਪਈਆ ਸਿੰਗਲੈਂਡ ਗਰੁੱਪ ਕੰਪਨੀ ਵੱਲੋਂ ਉਹਨਾਂ ਦੇ ਕਰਤੱਵ ਤੋਂ ਖੁਸ਼ ਹੋ ਕੇ ਆਇਆ ਸਿੰਗਲੈਂਡ ਗਰੁੱਪ ਵੱਲੋਂ 1000 ਰੁਪਈਆ ਆਪਣਾ ਪ੍ਰਾਪਤ ਕਰ ਲਓ ਜੀ 2 ਨੰਬਰ ਸਟੇਜ ਤੋਂ ਮੇਰੀ ਬੇਨਤੀ ਇਸ ਤੋਂ ਬਾਅਦ ਵਿੱਚ ਜਿਹੜਾ ਮੈਚ ਖੇਡਿਆ ਜਾਣਾ ਪੰਜ ਗਰਾਈ ਕਲਾਂ ਤੇ ਨਿਆਮਤਪੁਰ ਦੀਆਂ ਟੀਮਾਂ ਜਲਦੀ ਨਾਲ ਪਹੁੰਚ ਜਾਣ ਉਧਰ ਲੱਖਣ ਕੇ ਪੱਡੇ ਦਾ ਚਾਚਾ ਅਰਵਿੰਦ ਭਲਵਾਨ ਉਹਨਾਂ ਨੂੰ ਲੈ ਕੇ ਪੁੱਜਿਆ ਬਾਲ ਨਾ ਉਹਦੀ ਟੀਮ ਦੇ ਵਿੱਚ ਖੇਡਣ ਦੇ ਲਈ ਵੀਰ ਨੋਟ ਕਰ ਲਈ ਇਸ ਮੈਚ ਦੇ ਵਿੱਚੋਂ ਘਣੀਵਾਲ ਦੀ ਟੀਮ ਦੇ ਪੁਆਇੰਟ ਜਿਹੜੇ 7.5 ਫਰਵਾਲੀ ਦੀ ਟੀਮ ਦੇ 6 ਪੁਆਇੰਟ ਰਹੇ ਆ ਘਣੀਵਾਲ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਆ ਹੁਣ ਜਿਹੜਾ ਮੈਚ ਖੇਡਿਆ ਜਾਣਾ ਪੰਜ ਗਰਾਈ ਕਲਾਂ ਤੇ ਨਿਆਮਤਪੁਰ ਦੋਨੋਂ ਟੀਮਾਂ ਜਲਦੀ ਨਾਲ ਪਹੁੰਚਣ ਝੋਰੜਾ ਤੇ ਨਾਰੀ ਕੇ ਹੈਲੋ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨਭੌਰੀ ਉਹਨਾਂ ਵੱਲੋਂ 2100 ਦੀ ਸਾਨੂੰ ਮਾਲੀ ਸਹਾਇਤਾ ਦਿੱਤੀ ਗਈ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਹਰਮਿੰਦਰ ਸਿੰਘ ਪ੍ਰਧਾਨ ਜੋ ਉਹਨਾਂ ਦੇ ਨਾਲ ਆਏ ਨੇ ਗੁਰਪ੍ਰੀਤ ਸਿੰਘ ਸੈਕਟਰੀ ਮੀਤ ਪ੍ਰਧਾਨ ਕੇਸਰ ਸਿੰਘ ਸਰਪ੍ਰਤ ਚਤਵੰਤ ਸਿੰਘ ਪੰਚ ਅਸੀਂ ਮੀਰੀ ਫਰੀ ਸਪੋਰਟਸ ਕਲੱਬ ਵੱਲੋਂ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇੱਧਰ ਜੰਗੀਆਣੇ ਦਾ ਗੁਰਪ੍ਰੀਤ ਗਿੱਲ ਪਰਿਵਾਰ ਦਾ ਅੱਜ ਪੰਜ ਗਰਾਈ ਦੀ ਟੀਮ ਦੇ ਲਈ ਖੇਡਣ ਦੇ ਲਈ ਪੁੱਜਿਆ ਗੋਰੇ ਹੁਣੀ ਵਿਸ਼ੇਸ਼ ਤੌਰ ਤੇ ਪੁੱਜਿਆ ਮੇਰੀ ਬੇਨਤੀ ਸਿੰਘ ਜੀ ਤੋਲੇਵਾਲ ਨੂੰ ਮਨਜਿੰਦਰ ਸਿੰਘ ਸਾਡੇ ਜਨਰਲ ਸੈਕਟਰੀ ਬੈਚ ਦੀ ਰਸਮ ਅਦਾ ਕਰ ਰਹੇ ਨੇ ਮੇਰੀ ਬੇਨਤੀ ਉਧਰ ਪੁਰਾਣੇ ਬਾਲ ਦੇ ਪ੍ਰੀਤਮ ਦਾ ਮਾਨ ਸਨਮਾਨ ਕੀਤਾ ਜਾਣਾ ਨਾਲ ਨੰਗਲ ਅੰਬੀਆਂ ਦੇ ਸੰਦੀਪ ਦਾ ਜਿਹੜਾ ਮਾਨ ਸਨਮਾਨ
सोखा जालदार महमदपुर वाला प्राप्त करेगा। मेरी बेनती कबड्डी 365.com वाले वीरां क्यों वीर कैमरा लेके पुजन उधर अमन सिद्धू जौला सुखजीत लौंगोवाल कबड्डी बल्ले बल्ले पेज तो विशेष तौर पर पुजे है। झोरना ते नारी के टीम तो नैक्सट मैच लिए पुजन उधर मेरी बेनती नियामतपुर की टीम अजे तक नहीं पुजी झोरना की टीम पुजती जा रही है नारी के दी टीम पुज जाए मलण का बाजा खेड कबड्डी का स्टार अज पंजग्राही कल की टीम लैके पुजे है जंगी आने वाले गुरप्रीत नाल कमल उन्हों की यारी है भी विशेष तौर पर पुजी है। मेरी बेनती प्रदीप टहणे उन्होंने वीर कमल वीर उन्हीं बुला रहे उधर मान सम्मान करना है। चौधरी डेयरी कृष्ण बदेसा धन्यवाद करते हैं जी जो 5100 रुपए की साड़ी माली सहायता कर रहे हैं चौधरी डेयरी फनवारे वाले। मेरी बेनती पवित्र सिंह जी दलन वाला नजीर जी बेनती करना भी सम्मान लैके जाएंगे आपका 75 किलो के बेस्ट रेट जाफी के लिए देसी घी भी इन्होंने वालों दिता जाना जिनी भी सेवा चौधरी डेयरी ने असी कही उन्होंने साड़ी प्रवान की और 3 दिन उन्होंने स्टाल भी लगा के रखी उन्होंने सम्मान कर रहे हैं क्लब वालों चौधरी डेयरी फनवारा का। कृष्ण बदेसा पवित्र दलणवाल जी संपर्क कर लेना। इधर प्रीतम पुराणेवाल का जिले मोगे की गल खेड कबड्डी का स्टार पुजा होया उस वीर का मान सम्मान किया जा रहा है। दर्शक वीर नोट कर लेना पंजग्राही की टीम जिहड़ी कॉलेज वाली साइड से दूजे बन्ने टीम जिहड़ी नियामतपुर की खेड रही है पहली रेड नियामतपुर की टीम का धावी पाउण दे ली खेड मैदान दे विच वाधा होया कि गल्लां बातां करके काबू शेर आउंदे ना अजो दिन ताकत दे लोको मुड़ के फेर आउंदे ना रफ्तार कौकण जहाज वाली चाहीदी जां भाखड़े का नीर बनना पैंदा है रेड पैंदी नहीं बिना दिल दे सन्मान सौखे नहीं मिलते खेड कबड्डी दे ली लोको फकीर बनना पैंदा है। इधर पुराने बाल दे प्रीतम का मान सम्मान किया जा रहा है पर अगली रेड दे नाल आपां जुड़िए गोरा पंजग्राही दी धरती दा नौजवान अगला धावा बोलता होया कि ना कीती आई लड़स की तैयारी मारी कनेडा वाली डारी भर लिया बिच शरीर दे जोर तो चढ़ गई कबड्डी वाली लोर लोको बंदा खेड सके बड़े दिल वाला ना खेड सके बंदा कमजोर। सतपुर दे विच जस्सू जे जफा लाऊगा तां हनी झल वालों ते मलेशिया विक्की वालों 100 रुपया जी इधर अगली रेड नौजवान धावी अमृता जी। हाँ जी मेरे लकी ड्रा का थोड़ा बच्चों का उत्साह बताओ तुम बिल्कुल कबड्डी के दर्शक भीर नोट कर लेना यह प्रबंधकी कमेटी दर्शकों का ख्याल बहुत ज्यादा रखती है पिछले बरे कंगणवाल के नौजवान मोटरसाइकिल निकलिया मैं याद अजे तक 100 रुपए 50,000 रुपए की चीज मिलनी है ये आपो अपनी किस्मत अजमानी हो दर्शक भीर निके निके बच्चे जेडे ग्राउंड का गेड़ा ला रहे हैं उन्हां तो आपां परची कटवा सकते हैं 100 रुपए कीमत जिस परची की आखिरी अद्धा घंटा ही अद्धे घंटे का समा रहिंदा वीर नोट कर लेना जेड़ा भी दर्शक वीर परची कटवाउणी चाहुंदा होवे। उधर कबड्डी का महान प्रमोटर सरदार कुलवंत सिंह जी निजर गुरु तेग बहादुर स्पोर्ट्स क्लब जो कि यूएसए दे विच वसदे आ नाल सरदार मोलक सिंह जी गाखलूणी वो भी यूएसए में कबड्डी 365.com के जरिए इन मैचों का आनंद माण रहे हैं। इधर मलण के बाजे की कीती हुई कोशिश पर पॉइंट जिहड़ा इस वेले नियामतपुर की टीम के हिस्से में जुड़िया अगली रेड गोरा नौजवान पाउण दे लई मैदान दे विच बलिया कि बदन गुंदमा शरीर दे विच जान होवे उतो चाहीदा इरादा मजबूत लोको गेम सुधरदी सिख के कोच कोलों जिवें चमड़े नूं सुधारे कलबूत लोको माड़े राह पे खिडारी का की बन हुंदा याद रहे ग्राउंडा वाला एक रूट लोको खेडा खेड के कई जगते सा जांदे बजदे उन्हां नूं दूरों सलूट लोको। इधर जो पॉइंट इस वेले नियामतपुर की टीम के हिस्से दे विच जा जुड़िया इस तो नैक्सट मैच जिहड़ा खेडिया जाना है झोरना की टीम पुज गई नारी के दी टीम जल्दी नाल पुज जावे। हैलो मैं विशेष तौर पर धन्यवाद करदा सरदार जगदीप सिंह जी सरपंच कबद्दी सरदार कुलदीप सिंह जी ढिल्लों स
सरदार जोरा सिंह जी, सरदार कमलजीत सिंह जी, सरदार कमलप्रीत सिंह, पाल गरेवाल ते सरदार दलजीत सिंह जी, इन्हां दी समुची टीम का गिल स्पोर्ट्स एंड वेलफेयर क्लब कबड्डी उन्हां वल्लों 11,000 रुपए का वड्डा योगदान इस टूरनामेंट लई मेरी पीरी स्पोर्ट्स क्लब लांगड़िया अते समुचे इलाके वल्लों बहुत बहुत धन्यवाद गिल स्पोर्ट्स एंड वेलफेयर क्लब कबड्डी के समुचे अहुदेदार साहबान सरपंच साहबान 11,000 रुपए का वड्डा योगदान। माइक ओवर टू ग्राउंड। जिस वीर की कली ते ड्यूटी लगी उस वीर नूं बेनती है कली जरूर पा देवे मैदान दे विच। उधर प्रीतम सिंह जी पलवान शमशपुर तो जिन्हां दे दो पुत दोनों लीग खेडदे आ एक कबड्डी का स्टार पैदा करना औखा हो जाता पर दो पुत भावे सुल्तान की गल वर्ल्ड कबड्डी कप खेडिया भावे दलजीत सिंह दली दी प्रीतम सिंह जी पलवान विशेष तौर पर पुजे इस कबड्डी कप से उन्होंने पूरी प्रबंधकी कमेटी वालों जिया आख्या जाता। इधर अगली रेड नियामतपुर का धावी पाने लिए बढ़िया जाफी ने फड़िया होया गुट रविंदर बिंदरा जी अजीत तो विशेष तौर पर पुजे आ रविंदर बिंदरा जी सारे पत्रकार भाईचारे का विशेष तौर पर धन्यवाद है। कल नू इस कबड्डी कप दियां जिहड़ियां खबरां भावें जीत की गल भावें ट्रिब्यून की भावें जगबाणी की सारे न्यूज़ पेपरों के वेखण नू मिलणियां मेरी बेनती नारी के दी टीम जिथे भी बात सुनती जल्दी नाल पुज जावे ते नाल संदीप कोरड़ जी वो भी अगले मैचों की सांझ पाउण दे लई तैयारी खिंच लैण। संदीप कोरड़ जी हैलो बग्गा जी जिथे किते मेरी आवाज सुनते ने क्लब के खजानची साहब बग्गा जी वो कृपा करके स्टेज पर रहन क्योंकि हुण जिहड़ी लोड सब तो वध पैणी है पतवंत सज्जणा ने फंड देना भी आ ते टीमां नूं इनाम भी देना है सो कृपा करके बग्गा जी स्टेज पर रहन। गुरविंदर सिंह जी बग्गा खजानची क्लब कृपा करके जल्दी ना स्टेज पर आउण। वीर नोट कर लई इस मैच के विचों पंज ग्राई कलां की टीम के पॉइंट रहे 9.5 नियामतपुर की टीम के 5 पॉइंट रहे हैं पंज ग्राई कलां की टीम इस मैच के विचों जेतू रही है नारी के दी टीम जल्दी दे नाल पहुंच जावे जिहड़ियां टीमां दा नैक्सट मैच खेडिया जाना वो टीमां वार्म अप कबड्डी की ग्राउंड तो बाहरली साइड हो जाना। उधर सरदार दलविंदर सिंह जी आस्ट्रेलिया जितने वाली टीम के लिए 100 रुपए। उधर कबड्डी का महान धावी दर्शक वीरो जंबो जैट जोरदार ताड़ी मार दो हिम्मतपुरी दीप कुछ दिन पहला कनेडा तो पुजे है। उधर साधो कहता बलजीत लाभी बलजीत सिंह दर्शकों के फतेह साझी कर ये फ्लड के तौर पर जाने जाता वर्ल्ड कप के दुनिया ने तकिया साधो कहता बलजीत कबड्डी का महान जाफी इस धरती से पुजा होया। हैलो ग्राउंड कमेटी जी कमल प्रधान जी एक मिनट उपरायो कमल प्रधान जी झोलना से बगारी के दा मैच खेडिया जाना बग्गा खजानची जी हाँ जी फस्ट राउंड तो बाद उपंदे तो 75 किलो दी सैमीफाइनल दोनों टीमों मंगा लो जी बाठा ते जरगड़ी वो तो बाद घनौर खुरद ते जिहड़ी नाल टीम जेतू उहनां दी भवानीगढ़ ये चारों टीम रेडी रहन जी फस्ट राउंड तो बाद असीं सैमी कराउणे ने 75 किलो दे 1 नंबर ग्राउंड ते साधो के दी टीम जिहड़ी मैदान दे विच पुज गई भागो माजरे की टीम जल्दी नाल पुज जावे 14 ए ते मतोई 12 तरीक दर्शक भीर धूरकोट रणसी के कबड्डी कप की होनी आ जिथे बलजीत पिंड का बुलारा बिट्टू साधो के दा हैरी नंगल उन्होंने वालों मोटरसाइकिल दिते जाने आ बिट्टू साधो के दा धूरकोट रणसी के कबड्डी कप से बैट ट्रेडर से जाफी के लिए मोटरसाइकिल दिते जाने आ। झोरड़ा की टीम जिहड़ी कॉलेज वाली साइड से खेल रही है कमेंट्री जी गुरप्रीत रायपुर जी करेंगे साडे क्लब मैंबर गुरप्रीत रायपुर जी कमेंट्री वास्ते ग्राउंड जाणगे गुरप्रीत रायपुर जी बहुत बहुत धन्यवाद पटवारी साहब साढ़े कबड्डी के बाबा बोर्ड प्रीतम सिंह जी पलवान साहब पुजे है
ਉਹਨਾਂ ਦੇ ਬੇਟੇ ਨੇ ਪੁੱਛਣਾ ਸੀ ਸੁਲਤਾਨ ਨੇ ਪਰ ਇੰਡੀਆ ਤੋਂ ਬਾਹਰ ਨੇ ਉਹ ਅਸੀਂ ਉਹਨਾਂ ਦਾ ਸਨਮਾਨ ਕਰਨ ਜਾ ਰਹੇ ਹਾਂ ਬੇਨਤੀ ਆ ਉਹਨਾਂ ਨੂੰ ਕਿ ਇੱਧਰ ਮੋਟਰਸਾਈਕਲਾਂ ਦੇ ਸਾਹਮਣੇ ਆ ਜਾਣਗੇ ਉਹਨਾਂ ਦੇ ਦੋਵੇਂ ਪੁੱਤਰਾਂ ਦਾ ਅਸੀਂ ਸਨਮਾਨ ਕਰਨਾ ਸੀ ਸੁਲਤਾਨ ਅਤੇ ਦਲੀ ਦਾ ਅਸੀਂ ਉਹਨਾਂ ਦਾ ਸਨਮਾਨ ਕਰ ਰਹੇ ਹਾਂ ਕਹਿੰਦੇ ਬੋਰਡ ਦੇ ਥੱਲੇ ਬੋਰਡ ਉੱਗਿਆ ਮੇਰੇ ਵੀਰਿਓ ਖੇਡ ਕਬੱਡੀ ਦੇ ਵਿੱਚ ਬੋਰਡ ਦੇ ਥੱਲੇ ਬੋਰਡ ਉੱਗਿਆ ਸੁਲਤਾਨ ਸੁਲਤਾਨ ਦੇ ਪਿਤਾ ਸਰਦਾਰ ਪ੍ਰੀਤਮ ਸਿੰਘ ਪਹਿਲਵਾਨ ਉਹਨਾਂ ਦਾ ਅਸੀਂ ਮਾਨ ਸਨਮਾਨ ਕਰ ਰਹੇ ਹਾਂ ਮਾਈਕ 'ਤੇ ਗੌਰਵ ਚੀਮਾ ਇੱਧਰ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਮੇਰੇ ਵੀਰੋ ਵੱਧ ਕੇ ਅਗਲੀ ਕਬੱਡੀ ਪਾਉਂਦਾ ਹੋਇਆ ਨਾ ਸਾਹਮਣੇ ਨੌਜਵਾਨ ਦਾ ਨਾਰੀ ਕੇ ਪਿੰਡ ਆ ਇਸ ਮੈਚ ਦੀ ਜੁਆਇੰਟ ਕਮੈਂਟਰੀ ਦੇ ਲਈ ਗੁਰਪ੍ਰੀਤ ਰਾਜਪੁਰ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਆ ਆਹ ਨੌਜਵਾਨ ਦੀ ਕਹਿੰਦੇ ਤੂਤੀ ਬੋਲੀ ਇਹਨਾਂ ਮੈਦਾਨਾਂ ਦੇ ਵਿੱਚ ਰਾਮੇ ਵਾਲਾ ਲਾਡੀ ਸਮੁੱਚੀ ਕਲੱਬ ਦੇ ਨਾਲ ਬਹੁਤ ਵੱਡਾ ਪਿਆਰ ਰੱਖਦਾ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਲਾਂਗੜੀਆਂ ਦੀ ਟੀਮ ਦੇ ਨਾਲ ਬਹੁਤ ਵੱਡਾ ਪਿਆਰ ਇਸ ਨੌਜਵਾਨ ਦਾ ਇੱਧਰ ਨੌਜਵਾਨ ਝੋਲਡਾ ਵਾਲਾ ਜਿੱਥੋਂ ਦਾ ਸੋਨੀ ਪਹਿਲਾਂ ਕਹਿੰਦੇ ਕਾਲੇ ਨੇ ਤਕੜੀ ਖੇਡ ਖੇਡੀ ਆ ਇਹਨਾਂ ਮੈਦਾਨਾਂ ਦੇ ਵਿੱਚ ਸਾਹਮਣੇ ਨੌਜਵਾਨ ਝੋਲਡਾ ਵਾਲਾ ਪਾਉਂਦਾ ਹੋਇਆ ਕਬੱਡੀ ਉੱਧਰ ਨੌਜਵਾਨ ਨੇ ਪੱਟੀ ਖੁੱਚ ਤੇ ਵੱਜੀ ਹੋਈ ਕੈਂਚੀ ਆ ਸਮਾਂ ਬੀਤਦਾ ਹੋਇਆ ਅੰਕ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨ ਆ ਨਾਰੀਕੇ ਵਾਲਿਆ ਪਾਗਲੀ ਕਬੱਡੀ ਇੱਧਰ ਨੌਜਵਾਨ ਨਾਰੀਕੇ ਪਿੰਡ ਵਾਲਾ ਮੇਰੀ ਵੀਰੋ ਫਿਰ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਉੱਧਰ ਰਾਮੇ ਪਿੰਡ ਦਾ ਲਾਡੀ ਪਰ ਇੱਧਰ ਨੌਜਵਾਨ ਕਹਿੰਦੇ ਭੋਲਾ ਮੇਰੇ ਵੀਰੋ ਝੋਲਡਾ ਵਾਲਾ ਕਰਦਾ ਹੋਇਆ ਟਰਾਈ ਤੇ ਲਾਉਂਦਾ ਹੋਇਆ ਜੱਪਾ ਬੱਲੇ ਬੱਲੇ ਕਰਵਾਉਣ ਦੀ ਗੱਲ ਕਰਦਾ ਕ੍ਰਿਸ਼ਨ ਵਿਦੇਸ਼ ਜੀ ਇੱਕ ਮਿੰਟ ਸਟੇਜ ਤੇ ਆਇਓ ਇੱਧਰ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਝੋਲਡਾ ਵਾਲਾ ਗੱਭਰੂ ਫਿਰ ਖੇਡ ਦੇ ਮੈਦਾਨ ਦੇ ਵਿੱਚ ਚੜ੍ਹਦੀ ਜੀ ਬਰੇਸ ਦਾ ਖਿਡਾਰੀ ਮੇਰੇ ਵੀਰੋ ਕਿ ਚੜ੍ਹਦੀ ਬਰੇਸ ਮੁੰਡਾ ਖੇਡਦਾ ਕਬੱਡੀ ਹੋਵੇ ਖਾ ਕੇ ਖੁਰਾਕ ਲਾਉਂਦਾ ਧਰਤੀ ਨਾ ਅੱਡੀ ਹੋਵੇ ਆਖਦੇ ਸਿਆਣੀ ਗੱਲ ਸੋਹਣੀ ਤੇ ਸੁਹਾਗੇ ਦੀ ਖੇਡ ਹੈ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ ਇੱਧਰ ਜੱਗਾ ਪਟਵਾਰੀ ਜੀ ਸਾਡੇ ਲਈ ਬਹੁਤ ਸਾਰਾ ਮਾਣ ਸਤਿਕਾਰ ਪੁੱਜਦਾ ਕਰਦੇ ਨੇ ਬਹੁਤ ਵੱਡਾ ਧੰਨਵਾਦ ਜੱਗਾ ਪਟਵਾਰੀ ਜੀਆਂ ਦਾ ਇੱਧਰ ਨੌਜਵਾਨ ਦੀ ਪਈ ਹੀ ਕਬੱਡੀ ਤੇ ਮੇਰੇ ਵੀਰੋ ਸਾਹਮਣੇ ਦੇਖਦਾ ਬਈ ਝੋਲਡਾ ਵਾਲਾ ਭੋਲਾ ਫਿਰ ਕਰਦਾ ਹੋਇਆ ਟਰਾਈ ਤੇ ਅੰਕ ਧਾਵੀ ਦੇ ਸੇ ਅਗਲੀ ਗੱਲ ਗੁਰਪ੍ਰੀਤ ਰਾਜਪੁਰ ਬਹੁਤ ਬਹੁਤ ਧੰਨਵਾਦ ਜੀ ਔਰ ਨਾਲ ਹੀ ਪਵਿੱਤਰ ਸਿੰਘ ਜੀ ਟੰਡੇ ਔਰ ਨਾਲ ਹੀ ਦੀਦਾਰ ਸਿੰਘ ਜੀ ਸੋਕਰਾ ਪਟਵਾਰੀ ਸਾਹਿਬ ਹਰਵੀਰ ਸਿੰਘ ਜੀ ਪਟਵਾਰੀ ਸਾਹਿਬ ਹਾਂਜੀ ਹਾਂਜੀ ਸਰਦਾਰ ਜਗਦੀਪ ਸਿੰਘ ਜੀ ਸਰਪੰਚ ਸਾਹਿਬ ਕਬੱਡੀ ਤੋਂ ਕੁਲਦੀਪ ਸਿੰਘ ਜੀ ਢਿੱਲੋਂ ਪ੍ਰਧਾਨ ਸਾਹਿਬ ਕਬੱਡੀ ਤੋਂ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਜੋਰਾ ਸਿੰਘ ਜੀ ਕਮਲਜੀਤ ਸਿੰਘ ਜੀ ਕਮਲਪ੍ਰੀਤ ਸਿੰਘ ਜੀ ਪਾਲ ਗਰੇਵਾਲ ਦਲਜੀਤ ਸਿੰਘ ਸਮੁੱਚੀ ਗਿੱਲ ਸਪੋਰਟਸ ਐਂਡ ਵੈਲਫੇਅਰ ਕਲੱਬ ਕਬੱਡੀ ਦੀ ਸਮੁੱਚੀ ਟੀਮ ਵੱਲੋਂ 11,000 ਰੁਪਏ ਦਾ ਵੱਡਾ ਯੋਗਦਾਨ ਔਰ ਆਪ ਵੀ ਆਪਣੇ ਨਗਰ ਕਬੱਡੀ ਦੇ ਵਿੱਚ 5, 6 ਅਤੇ 7 ਦਸੰਬਰ ਨੂੰ ਵੱਡਾ ਕਬੱਡੀ ਕੱਪ ਕਰਵਾ ਰਹੇ ਨੇ ਬਹੁਤ ਬਹੁਤ ਧੰਨਵਾਦ ਮਾਈਕ ਓਵਰ ਟੂ ਗਰਾਊਂਡ ਧੰਨਵਾਦ ਕ੍ਰਿਸ਼ਨ ਜੀ ਅਗਲੀ ਰੇਡ ਸੋਨੀ ਪਿੰਡ ਘੁੰਸਾ ਜ਼ਿਲ੍ਹਾ ਬਰਨਾਲੇ ਦੇ ਖੇਡ ਮੈਦਾਨ ਦੇ ਵਿੱਚ ਹੈ ਪਵਿੱਤਰ ਸਿੰਘ ਜੀ ਟੰਡੇ ਦੀਦਾਰ ਸਿੰਘ ਜੀ ਪਟਵਾਰੀ ਸਾਹਿਬ ਜਗਦੀਪ ਸਿੰਘ ਜੱਗਾ ਪਟਵਾਰੀ ਚੌਂਦਾ ਹਰਵੀਰ ਸਿੰਘ ਜੀ ਪਟਵਾਰੀ ਦੱਲਣਵਾਲ ਦੇ ਕਬੱਡੀ ਕੱਪ ਦੀਆਂ ਤਰੀਕਾਂ ਜਿਹੜੀਆਂ ਅਨਾਊਂਸ ਕਰਵਾ ਰਹੇ ਨੇ 1 ਦਸੰਬਰ ਨੂੰ ਬੈਲ ਗੱਡੀਆਂ 2 ਦਸੰਬਰ ਨੂੰ ਫੁੱਟਬਾਲ ਅਤੇ ਘੋੜੇ ਦੌੜ ਹੋਵੇਗੀ 3 ਦਸੰਬਰ ਨੂੰ ਸਰਕਲ ਸੈਲ ਕਬੱਡੀ ਦੇ ਮੁਕਾਬਲੇ ਔਰ 4 ਦਸੰਬਰ ਨੂੰ ਇੱਕ ਪਿੰਡ ਓਪਨ ਦੇ ਮੈਚ ਔਰ ਨਾਲ ਹੀ 22, 23, 24 ਦਸੰਬਰ ਹੈ ਨਵੰਬਰ ਸੌਰੀ ਨਿਆਮਤਪੁਰ ਦੇ ਕਬੱਡੀ ਕੱਪ ਦੀ ਹੈ ਉੱਥੇ ਹੀ ਸਮੁੱਚੇ ਸਾਡੇ ਜਿਹੜੇ ਪ੍ਰਾਈਜ਼ ਨੇ ਉਹ ਸਪੌਂਸਰ ਕੀਤੇ ਗਏ ਜਿਨ੍ਹਾਂ ਦੇ ਵਿੱਚ ਭੀਮ ਸਿੰਘ ਜੀ ਤੋਲੇਵਾਲ ਵਾਲੇ ਬੈਠੇ ਹੈ ਉਹਨਾਂ ਦੀ ਸਮੁੱਚੀ ਟੀਮ ਪਰਮਜੀਤ ਮਹਿਮਾ ਅੰਮ੍ਰਿਤਪਾਲ ਗੋਸ਼ੀ ਜੱਸੀ ਵੀਰ ਔਰ ਨਾਲ ਹੀ ਜਸਵੀਰ ਸਿੰਘ ਜੀ ਜੱਸੀ ਮਾਨਵੀ ਸਮੁੱਚੇ ਪੰਜਾਬ ਰਾਜ ਬਿਜਲੀ ਬੋਰਡ ਦੇ ਜਿੰਨੇ ਵੀ ਮੁਲਾਜ਼ਮ ਰਾਜੀ ਜੈ ਜੀ ਭਰਪੂਰ ਸਿੰਘ ਔਰ ਜਿੰਨੇ ਵੀ ਮੇਰੇ ਵੀਰ ਪੁੱਜੇ ਨੇ ਦਰਸ਼ਕ ਅਸੀਂ ਹਾਰਦਿਕ ਸਵਾਗਤ ਕਰ ਰਹੇ ਹਾਂ ਸਰਬਜੀਤ ਸਿੰਘ ਹਰਵੀਰ ਮੋਹਨ ਸੈਂਟੀ ਪੰਜਾਬ ਪੁਲਿਸ ਗੋਲਾ ਕੈਨੇਡਾ ਜਸਵਿੰਦਰ ਕੈਨੇਡਾ ਜਿਹਨਾਂ ਵੱਲੋਂ 51,000 ਰੁਪਏ ਦਾ ਵੱਡਾ ਪ੍ਰਾਈਜ਼ ਔਰ ਨਾਲ ਹੀ ਜਸਵੀਰ ਸਿੰਘ ਜੀ ਜੱਸੀ ਮਾਨਵੀ ਉਹਨਾਂ ਦੀ ਸਮੁੱਚੀ ਟੀਮ ਗੁਰਮੇਲ ਸਿੰਘ ਜੀ ਮੈਲੀ ਮੇਲੀ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ 51,000 ਦਾ ਯੋਗਦਾਨ ਔਰ ਲੱਖੀ ਸੁੱਖਾ ਤਰਨਜੀਤ ਬਿੱਟੂ ਔਰ ਸਵਰਗੀ ਆ ਸਰਵਣ ਸਿੰਘ ਜੀ ਢੀਲਸਾ ਉਹਨਾਂ ਦੀ ਯਾਦ ਦੇ ਵਿੱਚ ਦੂਸਰਾ ਪ੍ਰਾਈਜ਼ ਜਿਹੜਾ 41,000 ਦਾ ਸਪੌਂਸਰ ਕੀਤਾ ਹੈ ਚਰਨਜੋਤ ਰੂਬਲ ਮੇਰਾ ਵੀਰ ਪੁੱਜਿਆ ਔਰ ਮਲਕੀਤ ਸਿੰਘ ਖੱਟੇਵਾਲੀ ਆ ਔਰ ਚੱਲਦੇ ਹੋਏ ਮੈਚ ਦੀ ਗੱਲ ਕਰਨਗੇ ਗੌਰਵ ਚੀਮਾ ਜੀ ਜਗਤਾਰ ਸਿੰਘ ਆੜ੍ਹਤੀ ਆ ਵਿਸ਼ੇਸ਼ ਤੌਰ 'ਤੇ ਹਾਜ਼ਰ ਜਗਤਾਰ ਸਿੰਘ ਜੀ ਐਮ ਡੀ ਸ਼੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਮਾਈਕ ਓਵਰ ਟੂ ਸਟੇਜ ਜੱਗਾ ਪਟਵਾਰੀ ਜੀ ਉਹ ਸਟੇਜ 'ਤੇ ਆਉਣਗੇ ਸਾਡੇ ਜਗਦੀਪ ਸਿੰਘ ਜੀ ਜੱਗਾ ਪਟਵਾਰੀ ਝੁੰਦਾ ਤੋਂ ਬਹੁਤ ਬਹੁਤ ਧੰਨਵਾਦ ਇੱਧਰੋਂ ਸਰਦਾਰ ਭੀਮ ਸਿੰਘ ਜੀ ਤੋਲੇਵਾਲ ਜਿਨ੍ਹਾਂ ਨੇ ਅੱਜ ਦੇ ਇੱਕ
बैस जाफी का जोड़ा मोटरसाइकिल स्पॉन्सर किया उन्होंने असं धन्यवाद करते हैं। सरदार जसवीर सिंह जी जस्सी मानवी कौमी जनरल सकत्र ऑल इंडिया श्रोमणी अकाली दल बादल विशेष तौर के उत्ते धन्यवाद जी। कृष्ण जी एक मिनट इधर चलते हुए मैच के विचों नोट करो जी झोलडा की टीम जी जेतू टीम रही है झोलडा जित गई आ इस मैच के विचों साहित के भागो माजरे दी टीमों के दरमियान जोड़ा मैच खेडा जाना दुनिया के स्टार खेडने ने मेरे भीरों इस मैच के चाहे साहदुक वाले बलजीत होने का ना चलिया खेड कबड्डी के उत्थी नट्टू साहदुके पिंड का दौली अलकड़े का जंबो जट मेरे भीरों दीप हिम्मतपुरिया बसेर सदे के पुजे ने कमल होने के इधर कली वाला वीर कली पा जाए ग्राउंड कली वाला वीर कली पा जाए कली वाला वीर आके कली पा जाए ग्राउंड सैदोके वर्ष जपागो माजरा बलजीत सैदोकों वाला पुजा मेरे वीरे दाली अलकड़िया वाला नट्टू सैदोकों वाला कहें सैदोके के कबड्डी कप से बलजीत ने बुलट मोटरसाइकिल राजस्थान का सम्मान करते हुए सरप्रस्त हरवीर सिंह जी पटवारी हेलो जो लक्की ड्रा कढ़ा जा रहा वो बस कुछ ही मिनट बाकी ने साडे जो छोटे बच्चे परचियां कट रहे हैं जेडे भी दर्शक ने परची कटाउणी आ उन्हां तों कटा सकदा जी। एक गल असी होर सांझी करनी चाहुंदे आ कुछ दर्शक फोन नंबर दे के भेज देंदे ने ऑफर करदे ने सानूं भी असी 10,000 दिंदे आ सानूं मोटरसाइकिल कढ दो असी एक दर्शकां दे विच गल क्लीयर कर देनी चाहुंदे आ चाहे सानूं 80,000 दे दो मोटरसाइकिल इमानदारी नाल ही कढ़िया जाऊगा असी इदा गलत काम बिल्कुल नहीं करना। सैदो के भागो माजरे टीमों के दरमियान जोड़ा है मैच शुरू होने लग्या इधर नौजवान कहते दौली अलकड़े पिंड का मेरी वीरो पहली डेढ़ अंक वाली कबड्डी पाने के लिए टेक धरती मां नूं मथा बद के कबड्डी पाता होया अनेक कबड्डी कप का मोटरसाइकिल जेतू धावी दौली अलकड़िया वाला मेरी वीरो बद के कबड्डी पा रहा उधर गालब का बिल्ला दसदा कि अंक धावी दिसे कमेटी जी दूसरे जो मैच ज्यादा ने दूसरा ग्राउंड भी वरतो जी इधर 75 हो सकते हैं तो जरूर ध्यान दो ज्यादा लेट होने तो इधर ग्राउंड कमेटी नोट करो जी प्लीज ये जे 75 के कुछ मैच उधर हो सकते हैं तो जरूर कोशिश करो जी 75 के सैमी रह गए जी बस तीन मैच रह गए जी 75 के उधर दर्शकों मारो पाड़ी नौजवान सैदोके वाला बलजीत ला के दफा लखा वर्ग पॉइंट जोड़ता इधर नौजवान कहते दीप हिम्मतपुरिया नौजवान जंबो जट कहते हैं इधर साढ़े वीर प्रदीप टैने होनी हैप्पी होने का बहुत बड़ा धन्यवाद कबड्डी 365.com के जरिए पूरी दुनिया के लाइव दिखाया जा रहा इधर जंबो जट अगली कबड्डी पाने के लिए खेड के मैदान के धरती धकेल कहते हैं मेरे वीर नौजवान लखा वर्ग पॉइंट जोड़ता चल भी नौजवाना पा के फिर भागो माजरे अगली कबड्डी इधर ज्वाइंट कमेंटरी दे लई साडा वीर गुरप्रीत रायपुर वाला बहुत बड़ा धन्यवाद इधर नौजवान की पही कबड्डी से सैदोके वाला करता हुआ ट्राई मखण कहंदे बेवर्ल्ड कबड्डी लई खेडदा मेरे वीर गरलाल होने वाली टीम के यूएसए की टीम के लिए इधर अगली कबड्डी नौजवान सैदोके पिंड वाला खेड़ मैदान समंदर जा कद नौजवान का फिर पा रहा उधर सिख सरदार गभरू करता हुए ट्राई से अंक धावी दे से जुड़ता अंक धावी दे से मेरे वीर चल भी नौजवाना पा के फिर अगली कबड्डी बिकी मेरे वीर अगली कबड्डी पाने लिए भागो माजरा पिंड से नौजवान का बिकी नागा अगली कबड्डी पा रहा अंक धावी दे से और नाल ही चौधरी डेयरी बनभौरा उन्होंने बड़े सहयोग ने पटवारी साहब एक लीटर घी खरीदो तो एक कूपन पाओ जी मोटरसाइकिल कढ़िया जाना और गुरमुख तो गुर लश्कर भी रोनी सेवावान दे रहे हैं। लो अगला मैच गौरव जी आप टीमों बुलाइए चौंदा तो मतोई दी टीम अगले मैच लिए आनगियां प्रदीप टैणा जी उस तो बाद 75 किलो का सैमीफाइनल बाठा वर्ष जरगड़ी दोवें टीम रेडी रहो जी असं वेट नहीं करनी उस तो बाद घनौर खुरद तो जेतू टीम है जी उन्होंने
ਗਰਾਊਂਡ ਕਮੇਟੀ ਨੂੰ ਬੇਨਤੀ ਕਰਦਾ ਜੀ, ਗਰਾਊਂਡ ਕਮੇਟੀ ਭਵਾਨੀਗੜ੍ਹ ਤੇ ਘਨੌਰ ਖੁਰਦ ਕਿਰਪਾ ਕਰਕੇ ਓਪਨ ਦੇ ਮੈਚ ਬੋਲ ਕੇ ਪੂਰੀ ਤਰਤੀਬ ਵਾਰ ਕੰਮ ਚਲਾਓ ਜੀ। 75 ਕਿਲੋ ਦੇ ਜੇ ਕੋਈ ਮੈਚ ਵੱਧ ਰਹਿੰਦੇ ਨੇ ਤਾਂ ਦੂਸਰੇ ਗਰਾਊਂਡ ਦੇ ਵਿੱਚ ਕਰਾ ਦਿਓ। 75 ਦੇ ਕੁੱਲ 3 ਮੈਚ ਰਹਿ ਗਏ ਕਿਉਂਕਿ ਕਾਫੀ ਲੰਬਾ ਸਮਾਂ ਬ੍ਰੇਕ ਮਿਲਦੀ ਹੈ ਟੀਮ ਨੂੰ, ਟੀਮਾਂ ਵੱਲੋਂ ਇਤਰਾਜ਼ ਆ ਰਿਹਾ ਇਸ ਚੀਜ਼ ਦਾ। ਬਹੁਤ ਲੰਬੀ ਬ੍ਰੇਕ ਤੁਸੀਂ ਪਾਤੀ, ਫਸਟ ਰਾਊਂਡ ਅਜੇ ਆਪਣਾ ਕੰਪਲੀਟ ਹੋਇਆ, ਇਹਨੂੰ ਸਿਸਟਮ ਨਾਲ ਚਲਾਓ ਥੋੜ੍ਹਾ ਜਿਹਾ ਕੰਮ। ਸੋ ਮੁਕਾਬਲਾ ਜਿਹੜਾ ਸਮਾਪਤ ਹੈ ਜੀ, ਸੈਦੋਗੇ ਦੀ ਟੀਮ ਨੋਟ ਕਰੋ ਜੀ, 14 ਵਰਸ ਜਮਤੋਈ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। 75 ਕਿਲੋ ਦੇ ਸੈਮੀ ਫਾਈਨਲ ਤੋਂ ਬਾਅਦ ਦੂਜਾ ਰਾਊਂਡ ਇੱਕ ਪਿੰਡ ਓਪਨ। ਪਹਿਲਾ ਮੈਚ ਬੱਲ ਨੌ ਵਰਸਿਸ ਘੱਗਾ, ਦੂਜਾ ਮੈਚ ਬਨਭੌਰੀ ਹਰਿਆਣਾ ਵਰਸਿਸ ਜਰਗੜੀ, ਤੀਸਰਾ ਮੈਚ ਅਮਨ ਖੀਰਾਂ ਵਾਲੀ ਵਰਸਿਸ ਬਰਵਾਲੀ, ਚੌਥਾ ਮੈਚ ਚੌਂਦਾ ਤੇ ਮਤੋਈ ਵਰਸਿਸ ਜੋਧਾ। ਹਾਂਜੀ, ਦੋ ਨੰਬਰ ਗਰਾਊਂਡ ਚਾਲੂ ਕਰੋ ਜੀ, ਬਾਠਾ ਤੇ ਜਰਗੜੀ ਉਧਰ ਭੇਜੋ ਜੀ ਦੋ ਨੰਬਰ ਗਰਾਊਂਡ ਚ। ਚੌਂਦਾ ਤੇ ਮਤੋਈ ਔਰ ਆਵਾਜ਼ ਦੇ ਰੰਜਾਰੇ ਆ ਕਬੱਡੀ ਦੇ ਪ੍ਰਸਿੱਧ ਬੁਲਾਰੇ ਰੁਪਿੰਦਰ ਜਲਾਲ, ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਨੇ, ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਗੇ। ਲਓ ਦਰਸ਼ਕ ਵੀਰੇ, ਉਹ ਖੋਲ ਲਓ ਕੰਨਾਂ ਨੂੰ, ਗੱਲਾਂ ਕਰੋ ਬੰਦ ਬਈ, ਆਜੋ ਸੋਨੂੰ ਮਿੱਤਰੋ ਸੁਣਾਈਏ ਸੰਦ ਬਈ। ਕਹਿੰਦੇ ਕੱਢੀਏ ਪਕੌੜੇ ਕਾੜ ਕੇ ਬਈ ਤੇਲ ਨੂੰ, ਬਿਜਲੀ ਦੇ ਖੰਭੇ ਤੇ ਨਾ ਚਾੜੋ ਵੇਲ ਨੂੰ, ਰੋਟੀ ਖਾ ਕੇ ਹੱਥ ਨਹੀਂ ਕਦੇ ਵੀ ਚੱਟੀ ਦੇ, ਧੀਆਂ ਮਟਿਆਰਾਂ ਦੇ ਨਹੀਂ ਪੈਸੇ ਵੱਟੀ ਦੇ, ਗਿਣੀ ਦੇ ਨਹੀਂ ਪੈਸੇ ਅੱਡੇ ਉੱਤੇ ਖੜ ਕੇ, ਹੱਥ ਨਹੀਂ ਛੱਡੀ ਦੇ ਹੌਂਡੇ ਉੱਤੇ ਚੜ ਕੇ, ਪੋਹ ਦੇ ਮਹੀਨੇ ਪਾਣੀ 'ਚ ਨਹੀਂ ਤਰੀਦਾ, ਪੇਪਰਾਂ ਦੇ ਨੇੜੇ ਨਹੀਂ ਇਸ਼ਕ ਕਰੀਦਾ, ਪੱਕਦੇ ਨਹੀਂ ਕਦੇ ਵੀ ਪਰੌਂਠੇ ਮੱਕੀ ਦੇ, ਮਿੱਤਰੋ ਪਟੋਲੇ ਪਿੰਡ 'ਚੋਂ ਨਹੀਂ ਪੱਟੀ ਦੇ, ਸੱਥ 'ਚ ਕਦੇ ਨਾ ਲਲਕਾਰਾ ਮਾਰੀਏ, ਬਈ ਧੂਰ ਕੋਟੀ ਅੱਧੀ ਖਾ ਕੇ ਡੰਗ ਸਾਰੀਏ, ਧੂਰ ਕੋਟੀ ਅੱਧੀ ਖਾ ਕੇ ਡੰਗ ਸਾਰੀਏ। ਵਿੱਚ ਬਾਠਾਂ ਵਰਸੇ ਜਰਗੜੀ 75 ਕਿਲੋ, ਇੱਕ ਮਿੰਟ ਦੇ ਵਿੱਚ ਟੀਮਾਂ ਪਹੁੰਚ ਜਾਣ ਜੀ ਦੋਨੋਂ, ਅਫੀਸ਼ਲ ਰੁਪਿੰਦਰ ਪਹੁੰਚੋ ਨਾਲ ਸਕੋਰਰ ਤੇ ਨਾਲ ਪਾਣੀ ਵਾਲਾ ਵੀਰ ਰੁਪਿੰਦਰ ਜਲਾਲ ਜੀ ਜਰਗੜੀ, ਉਸ ਤੋਂ ਬਾਅਦ ਘਨੌਰ ਖੁਰਦ ਤੇ ਜੇਤੂ ਟੀਮ ਜਿਹੜੀ ਭਵਾਨੀਗੜ੍ਹ ਦੀ ਉਹ ਵੀ ਪਹੁੰਚੇ, ਅਸੀਂ ਵੇਟ ਨਹੀਂ ਕਰਨੀ ਕਿਸੇ ਦੀ। ਆਹ ਫਸਟ ਰਾਊਂਡ ਤੋਂ ਬਾਅਦ ਸੈਕਿੰਡ ਰਾਊਂਡ ਓਪਨ ਦਾ ਚੱਲੂਗਾ ਜੀ। ਪਹਿਲਾ ਮੈਚ ਬੱਲ ਨੌ ਵਰਸਸ ਘੱਗਾ, ਇਹ ਵੀ ਟੀਮਾਂ ਰੈਡੀ ਰਹੋ ਜੀ। ਚੌਂਦਾ ਤੇ ਮਤੋਈ ਦਾ ਮੈਚ ਔਰ ਸੈਦੋਕਿਆਂ ਦੇ ਬਲਜੀਤ ਦੇ ਨਾਲ ਤਸਵੀਰਾਂ ਸਾਂਝੀਆਂ ਹੋ ਰਹੀਆਂ ਨੇ। ਸੋ ਮਾਈਕ 'ਤੇ ਸੱਦਾ ਦੇਣ ਜਾ ਰਹੇ ਹਾਂ ਖੇਡ ਕਬੱਡੀ ਦੇ ਪ੍ਰਸਿੱਧ ਬੁਲਾਰੇ ਜਲਾਲ ਦੇ ਰੁਪਿੰਦਰ ਸਿੰਘ ਨੂੰ। ਚੌਂਦਾ ਤੇ ਮਤੋਈ ਅਗਲੇ ਮੈਚ ਲਈ ਦੋਵੇਂ ਟੀਮਾਂ, ਔਰ ਪਹਿਲੀ ਰੇਡ ਦੇ ਲਈ ਦਲਵਿੰਦਰ ਸਿੰਘ ਬਾਗੜੀਆਂ ਦਿਆਲਪੁਰ, ਉਹਨਾਂ ਵੱਲੋਂ 100 ਦੇ ਜਿਹੜੇ ਵੱਡੇ ਮਾਣ ਹੋਣਗੇ, ਦਲਵਿੰਦਰ ਸਿੰਘ ਬਾਗੜੀਆਂ ਆਸਟ੍ਰੇਲੀਆ ਵਾਲੇ, ਉਹਨਾਂ ਵੱਲੋਂ 100 ਪਹਿਲੀ ਰੇਡ 'ਤੇ। ਮਾਈਕ 'ਤੇ ਰੁਪਿੰਦਰ ਜਲਾਲ ਜੀ। ਹੈਲੋ, ਹਾਂਜੀ, ਬੱਲ ਨੌ ਤੇ ਘੱਗਾ ਪਹੁੰਚੋ ਜੀ, ਇੱਕ ਨੰਬਰ ਗਰਾਊਂਡ 'ਚ ਹੈ ਮੈਚ ਤੋਂ ਤੁਰੰਤ ਬਾਅਦ ਸੈਕਿੰਡ ਰਾਊਂਡ ਦਾ ਮੈਚ ਓਪਨ ਦਾ, ਅਸੀਂ ਵੇਟ ਨਹੀਂ ਕਰਨੀ। ਬੱਲ ਨੌ ਵਰਸਸ ਘੱਗਾ, ਮਨਿੰਦਰਪਾਲ ਸਿੰਘ ਜੀ ਬਾਲੀ ਜਗਰਾਓਂ ਆਪਣਾ ਸਵਾਦ ਬਨਭੌਰ ਜੀ ਹਰਿਆਣਾ ਵਰਸ ਜਰਗੜੀ, ਇਹ ਵੀ ਇੱਕ ਨੰਬਰ ਗਰਾਊਂਡ 'ਚ ਆਜੋ ਜੀ। ਦਵਿੰਦਰ ਸਿੰਘ ਜੀ ਤੂਰੀ। ਹੈਲੋ, ਸਰਦਾਰ ਦਵਿੰਦਰ ਸਿੰਘ ਜੀ ਤੂਰ ਈਓ ਜਗਰਾਓਂ, ਉਹਨਾਂ ਨਾਲ ਸਰਦਾਰ ਮਨਿੰਦਰਪਾਲ ਸਿੰਘ ਜੀ ਬਾਲੀ ਠੇਕੇਦਾਰ ਜਗਰਾਓਂ, ਉਹ ਦੋਨੋਂ ਵੀਰ ਆਪਦਾ ਮਾਨ ਸਨਮਾਨ ਪ੍ਰਾਪਤ ਕਰ ਲੈਣਾ। ਕਮਲ ਢੀਂਡਸਾ ਸਾਡਾ ਵੀਰ ਸਟੇਜ 'ਤੇ ਪੁੱਜ ਜਾਵੇ। ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ, ਇੱਥੇ ਗਿੱਧਿਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ। ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਲਾਂਗੜੀਆਂ, ਇਹ ਪਿੰਡ, ਇਹ ਟੂਰਨਾਮੈਂਟ, ਇਸ ਇਲਾਕੇ ਦੇ ਲੋਕ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਕਿਉਂਕਿ ਇਹ ਟੂਰਨਾਮੈਂਟ ਮੇਰੇ ਵੀਰੋ ਇਸ ਸਾਲ 6ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਅਤੇ ਜਿੰਨੇ ਵੀ ਦਰਸ਼ਕ ਵੀਰ ਇਸ ਦਾਇਰੇ ਦੇ ਨਾਲ ਜੁੜੇ ਨੇ, ਜਿੰਨੇ ਵੀ ਸਪੋਂਸਰਸ ਵੀਰ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਦੂਰ ਨੇੜੇ ਤੋਂ ਚੱਲ ਕੇ ਆਇਆ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀਆਂ ਨੂੰ ਆਖਦੇ ਹਾਂ ਅਤੇ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਹੈ ਮਜ਼ਬੂਤ ਇਰਾਦੇ ਜਿਨ੍ਹਾਂ ਦੇ ਵਾਂਗ ਚਟਾਨਾਂ ਦੇ, ਬਦਲ ਦਿੰਦੇ ਉਹ ਰੁੱਖ ਵਗਦੇ ਤੇਜ਼ ਤੂਫਾਨਾਂ ਦੇ। ਫਿਰ ਪੁੱਛਦੇ ਨੇ ਸਰਨਾਮੇ ਲੋਕੀ ਬੱਬਰ ਸ਼ੇਰਾਂ ਦੇ, ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ, ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ। ਕਿ ਮੇਰੇ ਕਲਗੀਆਂ ਵਾਲੇ ਸਤਿਗੁਰ ਵੱਖਰਾ ਪੰਥ ਚਲਾ ਦਿੱਤਾ, ਧਰਮ ਦੀ ਖਾਤਰ ਆਪਣਾ ਸਾਰਾ ਖੂਨ ਵਹਾ ਦਿੱਤਾ, ਉਹਨੇ ਗਿੱਦੜੋਂ ਸ਼ੇਰ ਬਣਾ ਤੇ ਜਿਹੜੇ ਡਰਦੇ ਦੇਰਾਂ ਦੇ, ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ, ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ। ਬਹੁਤ ਤਕੜੇ ਮੁਕਾਬਲੇ ਅੱਜ ਇਸ ਗਰਾਊਂਡ ਦੇ ਵਿੱਚ ਖੇਡੇ ਜਾਣਗੇ। ਇਹ ਟੂਰਨਾਮੈਂਟ ਦਾ ਪ੍ਰਬੰਧ, ਕਹਿੰਦੇ ਸਿਰੇ ਦਾ ਪ੍ਰਬੰਧ ਮੇਰੇ ਵੀਰੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ। ਹੈਲੋ, ਉਧਰ
सरदार दविंदर सिंह जी तू रीओ जगराओं तो नाल सरदार मनिंदरपाल सिंह जी बाली जगराओं इन्हों का मान सम्मान किया जा रहा। मैक ओवर टू ग्राउंड जी। दूजे राउंड का पहला मैच जिहड़ा बल नौ ते घग्गे दीआं टीमां दे दरमियान जल्दी दे नाले दोनों टीमां खेड मैदान दे विच आ जाण। बल नौ ते घग्गा, दूसरा मैच बनवौरी हरियाणा ते जरगड़ी, तीजा मैच खीरां वाली अमन क्लब वर्सिज ता बरवाली, चौथा मैच धालीवाल वेड़ ते जोधा, छपार ते कौंके, धनौला ते रौणी, दोता वर्सिज झोलड़ा, दड़बा मंडी वर्सिज लसाड़ा गिल। छेते अज दे टूरनामेंट का प्रबंध वधिया लग्या, एक बारी जोरदार ताड़ी मार के मेरे वीरो दस दिओ कि लंगड़ियां पिंड दे मुंडे वेख लो, मुंडे शौक पगाउंदे ने, दसां नौहां दी किरत कमाई खेडां उपर लाउंदे ने, खरे खोटे दी परखे इहनां नूं करदे गल टनका के, राजे खेले सच्चे सजण मिलदे जफियां पा के, राजे खेले सच्चे सजण मिलदे जफियां पा के। अठवां मैच लसाड़ा ते दड़बा मंडी का खेडा जाना है, वो तो बाद नौवां मैच मठड्डा कलां ते कपियाल। नौवां मैच मठड्डा कलां ते कपियाल, दसवां मैच तारी क्लब खीरां वाली ते नथोहेड़ी, ते ग्यारहवां मैच घणीवाल ते पंजग्राही कलां, ते बारहवां मैच मेरे वीरो इन्हां विचों जित्तण वाली टीम है जिहड़ी ओह सैदोके दे नाल खेडूगी। चोला साहब की टीम नूं जिहड़ी दूजे राउंड दे विच बाई मिल चुकी है, घग्गा ते बलनौ दीआं टीमां खेड मैदान दे विच पुज जाणगीआं जल्दी दे नाल। घग्गा ते बलनौ एक पासे, कहिंदे शिंगारा होल वाला ला तकड़ा जफा अपनी टीम दे लई, एक लखां जे पुआइंट दा वाधा करदा होया इह शिंगारा होल पिंड दा नौजवान। इस मैच विचों कहिड़ी टीम जेतू रही है जी, दस्सिओ जरा। चौंदे दी टीम पटवारी साहब, नोट कर लिओ, मेरी जिंदगी दी बहुत प्यारी शख्सियत सरदार हरवीर सिंह जी पटवारी, सरदार दीदार सिंह जी पटवारी, जस्सी मनवी जी, सारियां सत्कारयोग शख्सियतां। ਵੱਡਾ ਪ੍ਰਬੰਧ ਹੈ ਮੀਰੀ ਪੀਰੀ ਹੈਲੋ ਸਪੋਰਟਸ ਐਂਡ ਵੈਲਫੇਅਰ ਕਲੱਬ ਲੰਗੜੀਆਂ ਪਿੰਡ ਦਾ ਇਸ ਟੂਰਨਾਮੈਂਟ ਦੇ ਲਈ। ਹੈਲੋ ਸਰਦਾਰ ਭੀਮ ਸਿੰਘ ਜੀ ਤੋਲੇਵਾਲ, ਜਿਨ੍ਹਾਂ ਨੇ ਵੈਸਟ ਰੇਡਰ ਨੂੰ ਮੋਟਰਸਾਈਕਲ ਨਾਲ ਸਨਮਾਨ ਕਰਨਾ, ਉਹਨਾਂ ਦੇ ਨਾਲ ਉਹਨਾਂ ਦੇ ਸੱਜਣ ਮਿੱਤਰ ਆਏ ਨੇ, ਅਜੀਤਪਾਲ ਸਿੰਘ ਲਸੋਈ, ਜਸਵਿੰਦਰ ਸਿੰਘ ਤੋਲੇਵਾਲ, ਜਸਪਾਲ ਸਿੰਘ ਤੋਲੇਵਾਲ, ਗੁਰਦੀਪ ਸਿੰਘ ਜੰਟਾ, ਮਨੂ ਅਮਰਗੜ, ਜਸ਼ਨਦੀਪ ਮਾਉਂਟੀ, ਹਰਮਨ ਵੜੈਚ, ਅਸੀਂ ਇਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਸਾਡੇ ਮਿੱਤਰ ਕੁਲਵੀਰ ਸਿੰਘ ਭੜੀ, ਉਹਨਾਂ ਦਾ ਵੀ ਅਸੀਂ ਇੱਥੇ ਆਏ ਨੂੰ ਜੀ ਆਖਦੇ ਹਾਂ। ਉਹਨਾਂ ਦੇ ਨਾਲ ਮਾਲਵਿੰਦਰ ਸਿੰਘ ਜੀ ਮਾਲੀ ਕੰਸੂਏ ਤੋਂ, ਜੋ ਉਹ ਵੀ ਬਹੁਤ ਕਬੱਡੀ ਪ੍ਰੇਮੀ ਨੇ, ਕਾਕਾ ਘਨੀਵਾਲ ਦੇ ਪੱਕੇ ਆੜੀ ਨੇ, ਉਹਨਾਂ ਦਾ ਵੀ ਅਸੀਂ ਇੱਥੇ ਆਏ ਤਾਂ ਜੀ ਆਇਆਂ ਆਖਦੇ ਹਾਂ ਜੀ। ਰਾਜੂ ਜੀ ਤੁਹਾਡੇ 2 ਮਿੰਟ ਜਿਹੜੇ ਲੈਣੇ ਆ, ਕਿਉਂਕਿ ਪ੍ਰਬੰਧਕਾਂ ਦੇ ਨਾਂ ਜਿਹੜੇ ਆਏ ਹੋਏ ਗੈਸਟ ਹੈ, ਉਹਨਾਂ ਦੇ ਵੀ ਨਾਂ ਬੜੇ ਜ਼ਰੂਰੀ ਹੈ। ਬਲ ਨਾਉ ਅਤੇ ਘੱਗੇ ਦੀ ਟੀਮ ਨੂੰ ਮੇਰੀ ਬੇਨਤੀ ਵੀ ਉਹ ਬਿਨਾਂ ਕਿਸੇ ਦੇਰੀ 'ਤੇ ਗਰਾਊਂਡ ਦੇ ਵਿੱਚ ਆ ਜਾਣ। ਬਲ ਨਾਉ ਵਰਸੀ ਘੱਗੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਪਹਿਲਾ ਮੈਚ ਜਿਹੜਾ ਕਬੱਡੀ ਓਪਨ ਦਾ ਖੇਡਿਆ ਜਾਵੇਗਾ ਬਲ ਨਾਉ ਅਤੇ ਘੱਗਾ, ਦੂਜੇ ਰਾਊਂਡ ਦਾ ਦੋਨੋਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ 'ਤੇ ਗਰਾਊਂਡ ਦੇ ਵਿੱਚ ਆਉਣ। ਬਲ ਨਾਉ ਅਤੇ ਘੱਗਾ, ਬਨਵਾਰੀ ਹਰਿਆਣਾ ਅਤੇ ਜਰਗੜੀ, ਅਮਨ ਕਲੱਬ ਖੀਰਾਂ ਵਾਲੀ ਅਤੇ ਬਰਵਾਲੀ, ਇਹ ਸਾਰੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗਰਾਊਂਡ ਦੇ ਲਾਗੇ ਆ ਜਾਣ। ਪਹਿਲੇ ਮੈਚ ਦੇ ਲਈ ਘੱਗਾ ਅਤੇ ਬਾਲਣਾਂ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ 'ਤੇ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ, ਮੇਰੀ ਬੇਨਤੀ ਹੈ ਕਬੱਡੀ ਦੇ ਖਿਡਾਰੀਆਂ ਨੂੰ, ਕਿਉਂਕਿ ਦਰਸ਼ਕ ਵੀਰ ਨੇ ਜਿਹੜੇ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਕਦੋਂ ਤੀਜੇ ਰਾਊਂਡ ਦੇ ਜਾਂ ਕੁਆਟਰ ਫਾਈਨਲ ਜਾਂ ਸੈਮੀ ਫਾਈਨਲ ਮੈਚ ਹੋਣ, ਕਦੋਂ ਫਾਈਨਲ ਮੈਚ ਹੋਵੇ ਅਤੇ ਲਾਂਗੜੀਆਂ ਦੇ ਟੂਰਨਾਮੈਂਟ ਦਾ ਪਤਾ ਲੱਗੇ ਵੀ ਬੈਸਟ ਰੇਡਰ ਅਤੇ ਜਾਫੀ ਕੌਣ ਹੈ ਅਤੇ ਫਸਟ ਸੈਕਿੰਡ ਪ੍ਰਾਈਜ਼ ਕਿਹੜੀ ਟੀਮ ਨੇ ਜਿੱਤਿਆ। ਘੱਗਾ ਅਤੇ ਬਾਲਣਾਂ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਵੀ ਉਹ ਬਿਨਾਂ ਕਿਸੇ ਦੇਰੀ 'ਤੇ ਟੀਮਾਂ ਗਰਾਊਂਡ ਦੇ ਵੱਲ ਆ ਜਾਣ। ਇਹਨਾਂ ਟੀਮਾਂ ਦਾ ਪਹਿਲਾ ਮੈਚ ਖੇਡਿਆ ਜਾਣਾ ਦੂਜੇ ਰਾਊਂਡ ਦਾ, ਇੱਕ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ, ਲੈ ਵੀ ਨੌਜਵਾਨਾਂ ਘੱਗੇ ਦੀ ਟੀਮ ਹੈ ਹੈਲੋ ਜਾਂ ਬਾਲਣਾਂ ਦੀ, ਬਲ ਨੌ ਦੀ ਟੀਮ ਮੇਰੇ ਵੀਰੋ ਜਿਹੜੀ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ। ਪਿੰਡ ਸੰਗਾਲੀ ਦੇ ਜਿੰਨੇ ਵੀ ਦਰਸ਼ਕ ਇੱਥੇ ਪਹੁੰਚੇ ਨੇ, ਉਹ ਆਪਣੇ ਜਿਹੜੇ ਦੋਸਤ ਨੇ ਉਹਨਾਂ ਨੂੰ ਮਿਲ ਲੈਣ, ਉਹਨਾਂ ਦੀ ਗੱਡੀ ਜਾ ਰਹੀ ਹੈ, ਜਿਹਨਾਂ ਨੇ ਵੀ ਜਾਣਾ ਉਹਨਾਂ ਨਾਲ ਚਲੇ ਜਾਣ, ਉਹ ਗੱਡੀ ਜਾ ਰਹੀ ਹੈ ਜੀ ਸੰਗਾਲੀ ਵਾਲਿਆਂ ਦੀ। ਬਲ ਨੌ ਦੀ ਟੀਮ, ਦੋ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਹੈ, ਮੇਰੀ ਬੇਨਤੀ ਬਾਕੀ ਰਹਿੰਦੀ ਟੀਮ ਵੀ ਜਿਹੜੀ ਗਰਾਊਂਡ ਦੇ ਵਿੱਚ ਆ ਜਾਵੇ, ਬਲ ਨੌ ਦੀ ਟੀਮ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ 'ਤੇ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ। ਬਲ ਨੌ ਦਾ ਪਹਿਲਾ ਮੈਚ ਘੱਗੇ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ, ਦੋਨੋਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ 'ਤੇ ਗਰਾਊਂਡ ਦੇ ਵਿੱਚ ਆਉਂਦੇ ਕਰਾਂਗਾ। ਮੈਂ ਸਿੰਗਲੈਂਡ ਗਰੁੱਪ ਆਫ ਕੰਪਨੀਜ਼ ਹਰਪ੍ਰੀਤ ਵੀਰ ਜੀ ਸਾਰੀ ਟੀਮ ਨੂੰ ਲੈ ਕੇ ਕਿਰਪਾ ਕਰਕੇ ਮੇਨ ਸਟੇਜ 'ਤੇ ਆ ਜਾਣਗੇ, ਅਸੀਂ ਉਹਨਾਂ ਦਾ ਸਨਮਾਨ ਦੇਣਾ। ਸਿੰਗਲੈਂਡ ਗਰੁੱਪ ਦਾ ਵੱਡਾ ਯੋਗਦਾਨ ਇਸ ਟੂਰਨਾਮੈਂਟ ਦੇ ਲਈ,
सिंह लैंड ग्रुप ऑफ कंपनीज उन्होंने जरूरी जी एवं जाना उन्होंने सम्मान करेंगे जस्सी मानवी जी और पत्रकार वीर का जो सम्मान आसी करावे नाल भीम सिंह जी तोलेवाल उन्होंने भी बेनती करते हैं जगतार सिंह जी डायरैक्टर श्री गुरु अंगद देव पब्लिक स्कूल दरदार सिंह जी पटवारी साहब सांझे तौर पर आओ जी पत्रकार अश्विनी जोशी जी जगबाणी तो उन्होंने सन्मान बल नौ ते घग्गे दीआं टीमां बिना किसी देरी ते ग्राउंड दे विच आ जाण बल नौ ते घग्गे दीआं टीमां दे दरमियान दूजे राउंड दा पहला मैच खेडा जाणा टीमां नूं असीं वार वार सदे दे रहे हैं भी टीमां दे खिडारी थोड़ा सहयोग देण बनवारी हरियाणा ते जरगड़ी बरवाली ते अमन क्लब खीरां वाली पवित्र सिंह जी डॉक्टर पवित्र सिंह जी अमरगढ़ स्पोक्समैन रजिंदर जैदका जी पंजाबी ट्रिब्यून सतीश चौंदा जी जतेंद्र मानवी जी फास्ट वे उस तो बाद मैं सत्कार सहित बेनती करदा सिंह लैंड ग्रुप ऑफ कंपनीज हरप्रीत सिंह जी मंडियाला अपना ही बंदा हरप्रीत सिंह जी सिंह लैंड उधर सिंह लैंड ग्रुप ऑफ कंपनीज के सारे अहुदेदार वीरां दा मान सम्मान किया जा रहा है इधर बालनाओ की टीम खेड मैदान बालनाओ वाला मंडियाला जिहड़े ते पिछे पिछे कंपनी दे सिंह लैंड ग्रुप ऑफ कंपनीज इन्हां वल्लों बहुत वड्डा योगदान अरविंद भलवान लखण के पट्टियां वाला मन्ने ने कहिंदे परसों हाकम सिंह वाले दे टूरनामेंट दे विचों स्कूटर जितया मन्ना बालनाओ वाला नौजवान भी खेड मैदान दे विच मेरे वीरो पुजन जा रहा है दीपे वर्गे स्टार ने वड्डा योगदान सिंह लैंड ग्रुप का जी 11000 रुपया बहुत बहुत धन्यवाद जी इधर बालनाओ की टीम ग्राउंड पहुंच चुकी है घग्गे की टीम में मेरी बेनती है भी वह बिना किसी देरी से ग्राउंड आ जाए घग्गे की टीम उन्हों का मैच बालनाओ की टीम के नाल खेडा जाना है बालनाओ ते घग्गे टीमों के दरमियान जिहड़ा मैच खेड मैदान खेडा जाना है बालनाओ की टीम जल्दी के नाल ग्राउंड पहुंच जाए बालनाओ की टीम सॉरी पहुंच चुकी है दूसरे पासे घग्गे की टीम मेरी बेनती भी वह जल्दी के नाल ग्राउंड आ जाए घग्गे की टीम हैलो रुपिंदर जी अपने व्यक्तिगत करतब बिल्कुल बंद ने बाउंसर वीर प्लीज सहयोग देन जी नोट करो जी घग्गे की टीम के लिए श्री गुरु अंगद देव पब्लिक स्कूल के डायरैक्टर जगतार सिंह जी ढेंडसा उन्हां वल्लों 1000 रुपया विशेष सहयोग विशेष इनाम क्योंकि घग्गे की टीम के साडा भतीजा रमन चहल खेड रहा उहदे वास्ते 1000 रुपया श्री गुरु अंगद देव पब्लिक स्कूल लांगड़ियां वल्लों स्पैशल प्राइज जी उधर सलामू नौजवान शाम चौरासी वाला फौजी का वीर अज मेरे वीरों बालनाओ की टीम के लिए खेडन के लिए पुजा होया हर एक मैच के स्टार नजर आएंगे दुनिया के रुस्तम खिलाड़ी इस खेड मैदान खेडते नजर आएंगे मीरी पीरी स्पोर्ट्स एंड वैलफेयर क्लब पिंड लांगड़िया इतों के सारे पतवंत सज्जनों लख लख बार मुबारकबाद है इस वे टूरनामेंट की साढ़े राजू वीर होना ने उधर हरवीर ढींडसे होना ने दीदार पटवारी होना ने ते साडे कमल वीर होना ने लखविंदर होना ने सारे वीर ने सारी समुची स्पोर्ट्स क्लब ने मेरे वीरों बड़े जिहड़े प्रबंध किए हुए है ते उत्थे कौमी जरनल सकत्तर श्रोमणी अकाली दल बादल की बहुत ही सत्कारयोग शख्सियत नौजवानों के दिलों की धड़कन जिन्हों के ग्रुप वालों कहिंदे 51000 का योगदान पाया गया है जसवीर सिंह जी जस्सी मानवी साडा वीर पिछले साल भी कहिंदे भरमी हाजरी रही इस टूरनामेंट के लिए और अज भी मेरे वीरों बड़ी हाजरी है भरमी हाजरी है जसवीर सिंह जी जस्सी मानवी ते नाल सरदार भीम सिंह जी तोलेवाल जिन्हों वालों कहिंदे बेस्ट जाफी अज मोटरसाइकिल के मान सम्मान दिते जाएंगे इन्हां सारियां सत्कारयोग शख्सियतों का बहुत बहुत धन्यवाद कबड्डी का महान खिडारी प्रीतम सिंह सोहसपुर जिहदे कहिंदे दो पुत ने मेरे वीरों ते दोनों कबड्डी के स्टार ने जिमें साडे कमेंटेटर भी रखते सन भी एक परिवार के एक भलवान पैदा जिहड़ा करना औखा हो जाता है तो प्रीतम सिंह ने आप ही दिन कहिंदे बड़े दोजक भरे दिन देखे तो कबड्डी भी तगड़ी खेडी पर अज उहदे पुत्र मेरे वीरों दुनिया की सैर कर रहे हैं इस मां खेड कबड्डी के जरिए प्रीतम भलवान जी तुसीं इत्थे पुज्जे हो तुहाडा जिया नूं इत्थे पुज्जण ते नाल के एस निन्नी जी समराले वाले शहीद भगत सिंह कबड्डी क्लब समराले की टीम बड़े बजट वाली टीम इस साल पंजाब दे कबड्डी कप्पां दे कमल प्रधान जी नोट कर लियो इस मैच की समाप्ति तो बाद कृष्ण बदेसे का सन्मान होना जी सरपंच भुपिंदर सिंह जी बैनीपाल साहब और जस्सी मानवी जी और भीम सिंह जी तोलेवाल सांझे तौर पर सन्मान करेंगे सोने की चेनी नाल
ਭੁਪਿੰਦਰ ਸਿੰਘ ਜੀ ਬੈਨੀਪਾਲ ਸਰਪੰਚ ਸਾਹਿਬ ਨੇ ਸੋਨੇ ਚੈਨੀ ਦਾ ਸਨਮਾਨ ਕਰਨਾ ਗਰਾਊਂਡ ਦੇ ਵਿੱਚ ਤੁਸੀਂ ਪ੍ਰਬੰਧ ਕਰ ਲਿਓ ਇਸ ਮੈਚ ਤੋਂ ਬਾਅਦ ਜੀ। ਇੱਧਰ ਜਿੱਧਰ ਸਕਰੀਨ ਲੱਗੀ ਹੋਈ ਹੈ ਦਰਸ਼ਕ ਵੀਰ ਨੋਟ ਕਰਨਗੇ ਜ਼ਿਲ੍ਹਾ ਜਲੰਧਰ ਦੀ ਬਾਲਣਾ ਉਹਦੀ ਟੀਮ ਜਿਹੜੀ ਪਹੁੰਚ ਚੁੱਕੀ ਹੈ ਔਰ ਦੂਸਰੇ ਪਾਸੇ ਘੱਗਾ ਜ਼ਿਲ੍ਹਾ ਪਟਿਆਲੇ ਦੀ ਟੀਮ ਮੇਰੇ ਵੀਰੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਮੇਰੇ ਤੋਂ ਸੱਜੇ ਹੱਥ ਜਾਣੀ ਕਿ ਇਸ ਸੜਕ ਵਾਲੀ ਸਾਈਡ ਮੇਰੇ ਵੀਰੋ ਜਿਹੜੀ ਸਾਈਡ ਟੀਮ ਪੁੱਜ ਗਈ ਹੈ ਇਹ ਘੱਗੇ ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ। ਲੈ ਵੀ ਘੱਗੇ ਵਾਲਾ ਇਸ ਨੌਜਵਾਨ ਦਾ ਨਾਂ ਜਿਹੜਾ ਜ਼ਰੂਰ ਮੈਨੂੰ ਦੱਸ ਦੇਵੀ ਇਹ ਸੰਦੀਪ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਇਸ ਵੇਲੇ ਨੌਜਵਾਨ ਸੰਦੀਪ ਕਬੱਡੀ ਪਾ ਰਿਹਾ ਇੱਧਰ ਚਾਰ ਜਾਫੀ ਇੱਕ ਪਾਸੇ ਸਲਾਮੂ ਮੇਰੇ ਵੀਰੋ ਸਲਾਮੂ ਤੇ ਆ ਜਾਫੀ ਲੱਖਣ ਕੇ ਪੱਡੇ ਪਿੰਡ ਹੈ ਇਸ ਨੌਜਵਾਨ ਦਾ ਮੇਰੇ ਵੀਰੋ ਇਸ ਵੇਲੇ ਵੇਖਦਾ ਵੀ ਅਰਵਿੰਦ ਭਲਵਾਨ ਲੱਖਣ ਕੇ ਪੱਡਿਆਂ ਵਾਲਾ ਜ਼ਿਲ੍ਹੇ ਕਪੂਰਥਲੇ ਦਾ ਨੌਜਵਾਨ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇਹ ਪੁਆਇੰਟ ਆਪਣੀ ਟੀਮ ਦੇ ਲਈ ਵਾਅਦਾ ਕਰਦਾ ਹੋਇਆ ਮੇਰੇ ਵੀਰੋ ਅਰਵਿੰਦ ਭਲਵਾਨ ਇਹ ਨੌਜਵਾਨ ਕਹਿੰਦੇ ਨਵਾਂ ਕਬੱਡੀ ਦੇ ਲਈ ਪਿਛਲੇ ਦਿਨੀ ਹਾਕਮ ਸਿੰਘ ਵਾਲੇ ਦੇ ਟੂਰਨਾਮੈਂਟ ਤੋਂ ਇਸ ਖਿਡਾਰੀ ਨੇ ਕਹਿੰਦੇ ਸਕੂਟਰ ਜਿੱਤਿਆ ਮੇਰੇ ਵੀਰੋ ਇਹ ਹੈ ਮੰਨਾ ਬਾਲਣਾ ਵਾਲਾ ਦੀਪੇ ਦਾ ਛੋਟਾ ਵੀਰ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਬਾਲਣਾ ਵਾਲਾ ਉੱਧਰ ਘੱਗੇ ਦੀ ਟੀਮ ਉੱਧਰ ਸਾਡੇ ਰਮਨ ਚਾਲ ਦੀ ਤੇ ਰਮਨ ਚਾਲ ਦੇ ਜੱਫੇ ਤੇ ਕਹਿੰਦੇ ਹਰ ਇੱਕ ਪਟਵਾਰ ਦੀ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਮੇਰੇ ਵੀਰੋ ਰਮਨ ਚਹਿਲ ਦੇ ਜੱਫੇ ਤੇ 1000 ਰੁਪਏ ਦਾ ਮਾਨ ਸਨਮਾਨ ਹੋਵੇਗਾ। ਦੀਦਾਰ ਸਿੰਘ ਜੀ ਪਟਵਾਰੀ ਤੇ ਨਾਲ ਕਹਿੰਦੇ ਸਾਡੇ ਹਰਵੀਰ ਸਿੰਘ ਜੀ ਢੀਂਡਸਾ ਪਲਵਿੰਦਰ ਸਿੰਘ ਜੀ ਪਟਵਾਰੀ ਮੀਤ ਪ੍ਰਧਾਨ ਨੇ ਆਲ ਇੰਡੀਆ ਪਟਵਾਰ ਯੂਨੀਅਨ ਦੇ ਤੇ ਨਾਲ ਸਰਦਾਰ ਮੋਹਨ ਸਿੰਘ ਜੀ ਭੇੜਪੁਰਾ ਉਹ ਵੀ ਮੀਤ ਸੀਨੀਅਰ ਮੀਤ ਪ੍ਰਧਾਨ ਪੰਜਾਬ ਰੈਵਨਿਊ ਮੇਰੇ ਵੀਰੋ ਉਹ ਵੀ ਸਾਡੇ ਦਰਮਿਆਨ ਚੇਚੇ ਤੌਰ ਤੇ ਪੁੱਜੇ ਹੋਏ ਆ। ਕਲੱਬ ਪ੍ਰਬੰਧਕਾਂ ਨੂੰ ਜੀ ਗਿੱਲ ਸਪੋਰਟਸ ਐਂਡ ਵੈਲਫੇਅਰ ਕਲੱਬ ਕਬੱਡੀ ਦੀ ਟੀਮ ਦਾ ਸਨਮਾਨ ਦੇਣਾ ਜੀ ਅਸੀਂ ਨੇ ਜੱਸੀ ਮਨਮੀ ਜੀ ਅਤੇ ਭੀਮ ਸਿੰਘ ਜੀ ਤੋਲੇਵਾਲ ਦੋਨੇ ਸਾਥੀ ਆ ਜਾਣਗੇ ਇਹਨਾਂ ਦਾ ਸਨਮਾਨ ਕੁਲਦੀਪ ਸਿੰਘ ਜੀ ਢਿੱਲੋਂ ਜਗਦੀਪ ਸਿੰਘ ਜੀ ਸਰਪੰਚ ਸਾਹਿਬ ਇੱਧਰ ਦੀਪਾ ਬਾਲਣਾ ਵਾਲਾ ਮੇਰੇ ਵੀਰੋ ਇਸ ਵੇਲੇ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਦੀਪਾ ਬਾਲਣਾ ਵਾਲਾ ਬਨਵਾਰੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਮਾਸਟਰ ਜੀ ਆਪਣਾ ਸਨਮਾਨ ਲੈ ਜਾਣ ਬਨਵਾਰੀ ਹਰਿਆਣਾ ਬਨਵਾਰੀ ਹਰਿਆਣਾ ਅਤੇ ਜਰਗੜੀ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਇੱਧਰ ਜਾਫੀ ਘੱਗੇ ਦੀ ਟੀਮ ਦਾ ਇਸ ਵੇਲੇ ਕੋਸ਼ਿਸ਼ ਕਰਦਾ ਪਰ ਦੀਪਾ ਬਾਲਣਾ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਵੀ ਸੰਦੀਪ ਪਾ ਵੀ ਕਬੱਡੀ ਕੋਈ ਸਮਾਂ ਸੀ ਲੱਲੀਆਂ ਦੇ ਸੰਦੀਪ ਦਾ ਫਿਰ ਕਹਿੰਦੇ ਗੱਲ ਨੰਗਲੰਬੀਆਂ ਦੇ ਸੰਦੀਪ ਦੀ ਹੋਈ ਕਦੇ ਗੱਲ ਕਹਿੰਦੇ ਸੰਦੀਪ ਲੁੱਧਰ ਦੀ ਨਾ ਖੇਡ ਮੈਦਾਨਾਂ ਦੇ ਵਿੱਚ ਹੁੰਦੀ ਹੈ ਇਹ ਸੰਦੀਪ ਜ਼ਿਲ੍ਹੇ ਪਟਿਆਲੇ ਦੇ ਘੱਗੇ ਪਿੰਡ ਦਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਸੁੱਖਾ ਇਸ ਵੇਲੇ ਬਾਲਣਾ ਵਾਲਾ ਮੇਰੇ ਵੀਰੋ ਜ਼ਿਲ੍ਹੇ ਜਲੰਧਰ ਦਾ ਨੌਜਵਾਨ ਪੂਰੀ ਟਰਾਈ ਕਰਦਾ ਹੈ ਦੋਨੋਂ ਖਿਡਾਰੀਆਂ ਦੇ ਦਰਮਿਆਨ ਪੂਰਾ ਚੱਲਦਾ ਹੋਇਆ ਸੰਘਰਸ਼ ਤੇ ਪੁਆਇੰਟ ਬਿੱਲਾ ਗਾਲਬ ਦਾ ਪੰਜਾਬ ਦਾ ਕਹਿੰਦੇ ਪ੍ਰਸਿੱਧ ਰੈਫਰੀ ਇਸ ਵੇਲੇ ਫੈਸਲਾ ਕਰਦਾ ਹੋਇਆ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਬਨਵਾਰੀ ਹਰਿਆਣਾ ਅਤੇ ਜਰਗੜੀ ਦੀਆਂ ਟੀਮਾਂ ਜਿਹੜੀਆਂ ਅਗਲੇ ਮੈਚ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਬਨਵਾਰੀ ਹਰਿਆਣਾ ਅਤੇ ਜਰਗੜੀ ਦੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਉੱਧਰ ਪਟਵਾਰ ਯੂਨੀਅਨ ਵੱਲੋਂ ਕਹਿੰਦੇ ਰਮਨ ਚਹਿਲ ਦੇ ਜੱਫੇ ਦਾ 1000 ਰੁਪਇਆ ਦਿੱਤਾ ਜਾਣਾ ਹੈ ਅੱਜ ਸਮੁੱਚੀ ਪਟਵਾਰ ਯੂਨੀਅਨ ਪੰਜਾਬ ਸਾਡੇ ਸਾਰੇ ਪਟਵਾਰੀ ਵੀਰ ਜਿੰਨੇ ਵੀ ਮੇਰੇ ਵੀਰ ਜਿਹੜੇ ਪੁੱਜੇ ਆ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਪਟਵਾਰੀ ਦਾ ਜਿਹੜਾ ਅਹੁਦਾ ਹੈ ਉਹ ਬੜਾ ਉੱਚ ਅਹੁਦਾ ਹੈ ਜੱਟ ਨੂੰ ਪਤਾ ਮੇਰੇ ਵੀਰੋ ਪਟਵਾਰੀ ਦਾ ਅਹੁਦਾ ਕੀ ਹੈ ਉੱਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਘੱਗੇ ਵਾਲਾ ਇਸ ਵੇਲੇ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਉੱਧਰ ਚਾਰਾਂ ਦੇ ਵਿੱਚੋਂ ਵੇਖਣਾ ਵੀ ਕੰਨੀ ਵਾਲੇ ਨੌਜਵਾਨ ਦੇ ਨਾਲ ਮੁਕਾਬਲਾ ਹੋ ਚੁੱਕਿਆ ਉੱਧਰ ਚਾਰ ਹੀ ਮੋਟਰਸਾਈਕਲ ਨੇ ਮੇਰੇ ਵੀਰੋ ਇੱਧਰ ਚਾਰ ਹੀ ਜਾਫੀ ਹੈ ਦੋ ਮੋਟਰਸਾਈਕਲ ਕਹਿੰਦੇ ਬੈਸਟ ਰੇਡਰ ਇੱਕ ਜਾਫੀ ਨੂੰ ਅਤੇ ਇੱਕ ਰੇਡਰ ਨੂੰ ਇੱਕ ਮੋਟਰਸਾਈਕਲ ਮੇਰੇ ਵੀਰੋ ਤੁਹਾਡੇ ਦਰਸ਼ਕਾਂ ਦੇ ਵਿੱਚੋਂ ਬੈਸਟ ਦਰਸ਼ਕ ਕੱਢਿਆ ਜਾਣਾ ਜੀ ਕਿਉਂਕਿ ਪਿਛਲੇ ਸਾਲ ਪੂਰਾ ਆ ਰਿਹਾ 900 ਦੇ ਕਰੀਬ ਭਰਤੀ ਹੋ ਚੁੱਕੀ ਹੈ ਜੀ ਦਰਸ਼ਕਾਂ ਦੇ ਨਾਂ ਤੇ ਵੀ ਤਾੜੀ ਜੀ ਕਿਉਂਕਿ ਰਾਜੂ ਜੀ ਜਦੋਂ ਪਿਛਲੇ ਸਾਲ ਮੋਟਰਸਾਈਕਲ ਕੱਢਿਆ ਸੀ ਉਹ ਚਮਕੌਰ ਸਿੰਘ ਪਿੰਡ ਕੰਗਣਵਾਲ ਦੇ ਨੌਜਵਾਨ ਨੂੰ ਨਿਕਲਿਆ ਸੀ ਵਾਹ ਜਾਣਕਾਰੀ ਲਈ ਜਿਹੜਾ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਪੁੱਜਿਆ ਸੀ ਪਰ ਅੱਜ ਤੁਹਾਡੀ ਵੀ ਜਿਹੜੀ ਕਿਸਮਤ ਚਮਕ ਸਕਦੀ ਹੈ ਮੇਰੇ ਵੀਰੋ ਤੁਹਾਡੇ ਦੇ ਵਿੱਚੋਂ ਵੀ ਕਿਸੇ ਨੂੰ ਨਿਕਲ ਸਕਦਾ ਹੈ ਕਹਿੰਦੇ 100 ਰੁਪਈਏ ਦੀ ਜਿਹੜੀ ਪਰਚੀ ਹੋਵੇਗੀ ਤੇ ਚੌਥਾ ਮੋਟਰਸਾਈਕਲ ਨੌਜਵਾਨ ਸਾਡੇ ਕਬੱਡੀ ਦੇ ਕਮੈਂਟੇਟਰ ਫਿਰ ਤੇ ਸ਼ੇਰਗੜ੍ਹ ਚੀਮੇ ਵਾਲੇ ਦਾ ਮਾਣ ਸਨਮਾਨ ਕੀਤਾ ਜਾਣਾ ਹੈ ਸਾਡੇ ਅਮੋਲਕ ਗਾਖਲ ਜੀ ਉਹਨਾਂ ਵੱਲੋਂ ਮੇਰੇ ਵੀਰੋ ਜਿਹੜਾ USA ਦੇ ਵਿੱਚ ਗੋਲਡ ਜਿੰਮ ਦੇ ਮਾਲਕ ਨੇ ਜਲੰਧਰ ਦੇ ਵਿੱਚ ਮੇਰੇ ਵੀਰੋ ਉਹਨਾਂ ਵੱਲੋਂ ਇਹ ਮਾਣ ਸਨਮਾਨ ਦਿੱਤੇ ਜਾਣਗੇ ਉੱਧਰ ਚਾਚਾ ਲੱਖਣ ਕੇ ਪੱਡੇ ਵਾਲਾ ਵੇਖਦਾ ਵੀ ਨੌਜਵਾਨ ਬਾਲਣ ਆਉਂਦੀ ਟੀਮ ਦਾ ਜਾਫੀ ਇਸ ਵੇਲੇ ਐਨ ਪੂਰੀ ਕੋਸ਼ਿਸ਼ ਕਰਦਾ ਹੋਇਆ ਲਾ ਸੰਦੀਪ ਨੂੰ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੈ ਬਨਵਾਰੀ ਹਰਿਆਣਾ ਅਤੇ ਜਰਗੜੀ ਦੀਆਂ ਟੀਮਾਂ
ਹਜੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈਆਂ ਕਿਉਂਕਿ ਉਹਨਾਂ ਦਾ ਮੈਚ ਅਸੀਂ ਬਹੁਤ ਟਾਈਮ ਦੇ ਬੋਲ ਰਹੇ ਹਾਂ। ਬਨਵਾਰੀ ਹਰਿਆਣਾ ਅਤੇ ਜਰਗੜੀ ਦੀਆਂ ਟੀਮਾਂ ਜਿਹੜੀਆਂ ਉਹ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਟੀਮਾਂ ਨੂੰ ਲਾਈਨਅਪ ਕਰਾ ਲਿਓ ਜੀ। ਭੀਮ ਸਿੰਘ ਜੀ ਤੋਲੇਵਾਲ ਟੀਮਾਂ ਨਾਲ ਜਾਣ ਪਛਾਣ ਕਰਨਗੇ। ਬਲ ਨਾਂ ਦੀ ਟੀਮ ਜੇਤੂ ਰਹੀ ਹੈ ਜੀ, ਬਲ ਨਾਂ ਦੀ ਟੀਮ ਇਸ ਲਾਈਨਅਪ ਕਰਾ ਲਓ ਜੀ ਜਲਦੀ। ਅਤੇ ਉਹਨਾਂ ਦੇ ਨਾਲ ਸਾਡੇ ਪਿੰਡ ਤੋਂ ਜਗਤਾਰ ਸਿੰਘ ਜੀ, ਡਾਕਟਰ ਐਸ ਜੀ ਡੀ, ਉਸ ਤੋਂ ਬਾਅਦ ਕ੍ਰਿਸ਼ਨ ਵਧੇਸ ਜੀ ਦਾ ਸਨਮਾਨ ਕਰਨਾ, ਨਾਲ ਉਹਨਾਂ ਦੇ ਜਾਣਗੇ ਪਟਵਾਰੀ ਸਾਹਿਬ ਹਰਵੀਰ ਸਿੰਘ ਪਟਵਾਰੀ ਦੇ ਭਤੀਜੇ ਰਮਨ ਚਾਹਲ ਨੂੰ ਜਿਹੜੇ ਮਾਣ ਸਨਮਾਨ ਦਿੱਤੇ ਗਏ ਹੈ। ਇੱਧਰ ਬਨਵਾਰੀ ਹਰਿਆਣੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ। ਭੀਮ ਸਿੰਘ ਜੀ ਤੋਲੇਵਾਲ ਮਾਣ ਸਨਮਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਦੇ ਲਈ ਆਉਣਗੇ ਔਰ ਉਸ ਤੋਂ ਬਾਅਦ ਹੀ ਅਸੀਂ ਗਰਾਊਂਡ ਦੇ ਵਿੱਚ ਹੀ ਸਨਮਾਨ ਕਰਾਂਗੇ ਕ੍ਰਿਸ਼ਨ ਵਧੇਸੇ ਦਾ, ਜਿਨ੍ਹਾਂ ਨੂੰ ਕਿ ਡੇਢ ਤੋਲੇ ਦੀ ਚੇਨੀ ਦੇ ਨਾਲ ਵਧੇਸੇ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਜੀ ਬੈਨੀਵਾਲ ਵੱਲੋਂ ਸਨਮਾਨ ਕੀਤਾ ਜਾ ਰਿਹਾ ਔਰ ਨਾਲ ਸਹਿਯੋਗ ਕਰਨਗੇ ਭੀਮ ਸਿੰਘ ਜੀ ਤੋਲੇਵਾਲ ਔਰ ਜੱਸੀ ਮਨਵੀ ਜੀ। ਔਰ ਮੈਂ ਦੋਨੇ ਟੀਮਾਂ ਲਾਈਨਅਪ ਕਰ ਲਓ ਜੀ, ਪਹਿਲਾਂ ਭੀਮ ਸਿੰਘ ਜੀ ਇੰਟਰੋਡਕਸ਼ਨ ਕਰਨਗੇ। ਉਹਨਾਂ ਨਾਲ ਸਾਡੇ ਪਿੰਡੋਂ ਸਾਡਾ ਛੋਟਾ ਵੀਰ ਗੋਲਾ ਜਿਹੜਾ ਬਹੁਤ ਸਪੋਰਟ ਕਰਦਾ ਸਾਡੇ ਕਲੱਬ ਦੀ, ਉਹਨਾਂ ਦੇ ਫਾਦਰ ਕੁਲਵੰਤ ਸਿੰਘ ਜੀ ਉਹ ਵੀ ਨਾਲ ਜਾਣਗੇ ਜੀ। ਅਸੀਂ ਗੋਲੇ ਦਾ ਵੀ ਇੱਥੋਂ ਬੜਾ ਧੰਨਵਾਦ ਕਰਦੇ ਹਾਂ ਜਿਹੜਾ ਬੜੀ ਮਾਈਕ ਸਹਾਇਤਾ ਸਾਡੀ ਕਲੱਬ ਦੀ ਸ਼ੁਰੂ ਤੋਂ ਹੀ ਕਰ ਰਿਹਾ ਸਾਡਾ ਛੋਟਾ ਵੀਰ ਗੋਲਾ। ਦੋਨੋਂ ਟੀਮਾਂ ਲਾਈਨਅਪ ਹੋਣਗੀਆਂ, ਸਰਦਾਰ ਭੀਮ ਸਿੰਘ ਜੀ ਤੋਲੇਵਾਲ ਸਾਹਿਬ ਅਤੇ ਜਸਵੀਰ ਸਿੰਘ ਜੀ ਜੱਸੀ ਮਨਵੀ, ਸਾਡੇ ਹਰਵੀਰ ਸਿੰਘ ਜੀ ਢੀਂਡਸਾ ਸਾਰੀਆਂ ਸ਼ਖਸੀਅਤਾਂ ਨੂੰ ਮਾਣ ਦੇਣਗੇ ਸਟੇਜ ਤੋਂ ਵੀ ਕਿਹੜੀਆਂ। ਰਾਜ ਕਮਲ ਸਿੰਘ ਜੀ ਗਿੱਲ, ਮੀਤ ਪ੍ਰਧਾਨ ਯੂਥ ਅਕਾਲੀ ਦਲ ਔਰ ਅਵਤਾਰ ਸਿੰਘ ਜੀ, ਬਲਵੀਰ ਸਿੰਘ ਜੀ ਚਪੜੌਦਾ, ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ। ਭੀਮ ਸਿੰਘ ਜੀ, ਭੁਪਿੰਦਰ ਸਿੰਘ ਜੀ, ਬੈਨੀਪਾਲ ਸਰਪੰਚ ਸਾਹਿਬ, ਜਰਗੜੀ ਅਤੇ ਬਨਵਾਰੀ ਹਰਿਆਣੇ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ। ਉਸ ਤੋਂ ਬਾਅਦ ਅਮਨ ਕਲੱਬ ਖੀਰਾਂ ਵਾਲੀ ਅਤੇ ਬਰਵਾਲੀ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਇਹ ਟੀਮਾਂ ਵੀ ਗਰਾਊਂਡ ਦੇ ਵਿੱਚ ਆਉਣਗੀਆਂ। ਯੋਧਾ ਅਤੇ ਧਾਲੀਵਾਲ ਵੇਟ, ਛਪਾਰ ਅਤੇ ਕੌਂਕੇ, ਰੌਣੀ ਅਤੇ ਧਨੌਲਾ, ਦੋਤਾ ਅਤੇ ਝੋਰੜਾ, ਦੜਬਾ ਮੰਡੀ ਅਤੇ ਲਸਾੜਾ ਗਿੱਲ। ਸਾਰੇ ਦਰਸ਼ਕ ਵੀਰ, ਲੈ ਵੀ ਲਾਈਟਾਂ ਵਾਲੇ ਮੇਰੇ ਵੀਰ ਨੂੰ ਬੇਨਤੀ ਹੈ, ਭਾਈ ਵੈਲੋ ਲਾਈਟ ਭਗਤਾ, ਪੰਜਾਬ ਦੀਆਂ ਕਹਿੰਦੇ ਚੋਟੀ ਦੀਆਂ ਜਿਹੜੀਆਂ ਲਾਈਟਾਂ ਨੇ ਅੱਜ ਇਸ ਟੂਰਨਾਮੈਂਟ ਦੇ ਵਿੱਚ ਪ੍ਰਬੰਧ ਕੀਤਾ ਹੋਇਆ, ਉਹਨੂੰ ਵੀ ਮੇਰੀ ਬੇਨਤੀ ਹੈ ਵੀ ਆਪਣੀਆਂ ਜਿਹੜੀਆਂ ਲਾਈਟਾਂ ਉਹ ਵੀ ਮੇਰਾ ਵੀਰ ਚੈੱਕ ਕਰ ਲਵੇ। ਜਸਵੀਰ ਸਿੰਘ ਜੀ, ਜੱਸੀ ਮਨਵੀ ਅਤੇ ਨਾਲ ਸਰਦਾਰ ਭੀਮ ਸਿੰਘ ਜੀ ਤੋਲੇਵਾਲ, ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਅਮਰਿੰਦਰ ਰਾਜੂ ਜੀ, ਅਤੇ ਉੱਥੇ ਦੀਦਾਰ ਸਿੰਘ ਜੀ ਪਟਵਾਰੀ, ਸਮੁੱਚੀ ਪਟਵਾਰ ਰੈਵਨਿਊ ਮੇਰੇ ਵੀਰੋ ਯੂਨੀਅਨ ਜਿਹੜੀ ਸਾਡੇ ਦਰਮਿਆਨ ਹੈ, ਇਸ ਲਈ ਖੇਡ ਮੈਦਾਨ ਦੇ ਵਿੱਚ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰ ਰਹੇ ਨੇ। ਜਸਵੀਰ ਸਿੰਘ ਜੀ, ਜੱਸੀ ਮਨਵੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਅਤੇ ਕੌਮੀ ਜਰਨਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਦਰਮਿਆਨ ਅਚੇਚੇ ਤੌਰ 'ਤੇ ਪੁੱਜੇ ਹੋਏ ਹੈ। ਜੀਆਂ ਨੂੰ ਆਖਦੇ ਹਾਂ ਸਰਦਾਰ ਜਸਵੀਰ ਸਿੰਘ ਜੀ, ਜੱਸੀ ਮਨਵੀ ਨੂੰ, ਅਤੇ ਸਾਡੇ ਅਮਰਿੰਦਰ ਰਾਜੂ ਜੀ, ਸਰਦਾਰ ਦੀਦਾਰ ਸਿੰਘ ਜੀ ਪਟਵਾਰੀ, ਉੱਥੇ ਪਲਵਿੰਦਰ ਸਿੰਘ ਜੀ ਪਟਵਾਰੀ ਅਤੇ ਸਰਦਾਰ ਮੋਹਨ ਸਿੰਘ ਜੀ ਪਟਵਾਰੀ। ਇਸ ਤੋਂ ਬਾਅਦ ਕ੍ਰਿਸ਼ਨ ਵਿਦੇਸ਼ੇ ਦਾ ਸਾਡੇ ਹਰਵੀਰ ਢੀਂਡਸਾ ਜੀ ਆਖ ਰਿਹਾ ਵੀ ਮਾਣ ਸਨਮਾਨ ਜਿਹੜਾ ਹੈ ਸਰਦਾਰ ਭੁਪਿੰਦਰ ਸਿੰਘ ਜੀ ਬੈਨੀਪਾਲ ਸਰਪੰਚ ਵਿਦੇਸ਼ਾ, ਡੇਢ ਤੋਲੇ ਦੀ ਕਹਿੰਦੇ ਸੋਨੇ ਦੀ ਚੈਨੀ। ਪਟਵਾਰੀ ਸਾਹਿਬ, ਆਪਣਾ ਰੇਟ ਕਿੰਨਾ ਹੋਊਗਾ ਜਿਹੜਾ ਸੋਨੇ ਦਾ, ਦੱਸ ਦਿਓ ਜਰਾ। ਰੇਟ ਮੇਰਾ ਖਿਆਲ ਆ ਵੀ ਕਹਿੰਦੇ 30,000 ਰੁਪਏ ਨੂੰ ਤੋਲਾ ਹੈ, ਪਰ 45,000 ਰੁਪਏ ਦੀ ਜਿਹੜੀ ਚੇਨੀ ਅੱਜ ਮੇਰੇ ਵੀਰੋ, ਚੇਨ ਸੋਨੇ ਦੀ ਰਿੰਗ ਦੇ ਸੋਰੀ ਚੇਨ ਦੇ ਨਾਲ ਜਿਹੜਾ ਮਾਣ ਸਨਮਾਨ ਮੇਰੇ ਵੀਰੋ ਇਸ ਨੌਜਵਾਨ ਸਾਡੇ ਕਮੈਂਟੇਟਰ ਵੀਰ ਦਾ ਕੀਤਾ ਜਾਣਾ ਹੈ। ਲੈ ਵੀ ਪਿਰਤੇ, ਤੈਨੂੰ ਵੀ ਮਾਣ ਸਨਮਾਨ ਜਿਹੜੇ ਦਿੱਤੇ ਜਾਣਗੇ। ਇਹ ਮਾਣ ਸਨਮਾਨ ਇਹਨਾਂ ਕਮੈਂਟੇਟਰਾਂ ਦੇ ਨਹੀਂ ਹੋ ਰਹੇ, ਇਹ ਮਾਣ ਸਨਮਾਨ ਪ੍ਰੋਫੈਸਰ ਮੱਖਣ ਸਿੰਘ ਜੀ ਦੇ ਹੋ ਰਹੇ ਹੈ, ਜਿਨ੍ਹਾਂ ਦੀ ਬਦੌਲਤ ਅੱਜ ਮੇਰੇ ਵੀਰੋ ਕਬੱਡੀ ਦੀ ਕਮੈਂਟਰੀ ਹੈ ਜਿਹੜੀ ਬੜੀ ਉੱਚੇ ਲੈਵਲ 'ਤੇ ਪਹੁੰਚ ਚੁੱਕੀ ਹੈ। ਸਰਦਾਰ ਜਸਵੀਰ ਸਿੰਘ ਜੀ, ਜੱਸੀ ਮਨਵੀ, ਸਰਦਾਰ ਭੀਮ ਸਿੰਘ ਜੀ ਤੋਲੇਵਾਲ ਸਾਹਿਬ ਅਤੇ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦੀ ਪਟਵਾਰ ਦੀ ਰੈਵਨਿਊ ਪਟਵਾਰ ਯੂਨੀਅਨ ਤੋਂ ਸਾਰੇ ਸਤਿਕਾਰਯੋਗ ਵੀਰ ਸਰਦਾਰ ਦੀਦਾਰ ਸਿੰਘ ਜੀ ਪਟਵਾਰੀ, ਚਾਹੇ ਅੱਜ ਲਾਂਗੜੀਆਂ ਦੇ ਵਿੱਚ ਰੌਣਕਾਂ ਨੇ ਅਤੇ ਚਾਹੇ ਕਹਿੰਦੇ ਜੱਸੇ ਯਾਦਗਾਰੀ ਕਬੱਡੀ ਕਲੱਬ ਕੱਪ ਮੰਡੀਆਂ ਦੀ ਗੱਲ ਹੋਵੇ, ਸਰਦਾਰ ਹਰਵੀਰ ਸਿੰਘ ਜੀ ਢੀਂਡਸਾ, ਰਾਜੂ ਜੀ, ਸਾਰੇ ਵੀਰ ਜਿਹੜੇ ਇਸ ਵੇਲੇ ਡੇਟਾਂ ਦਾ ਵੀ ਐਲਾਨ ਕਹਿੰਦੇ 2-3 ਜਨਵਰੀ 1-2 ਅਤੇ 3 ਜਨਵਰੀ ਨੂੰ
जस्सा यादगारी कबड्डी कप मंडिया की धरती से खेडा जाएगा। सरदार सरदार भुपिंदर सिंह जी बैनीपाल साहब जिहड़े इस वेले मान सम्मान आ के देणगे साडे नौजवान कृष्ण बदेशे वाले नूं डेढ़ तोले की कहिंदे चैनी दे नाल मान सम्मान किया जा रहा है। कृष्ण बदेशे का कबड्डी दे मेरे वीर बुलारे का इस इलाके इस नौजवान का नाँ है। साडे सरदार भुपिंदर सिंह जी सरपंच साहब जस्सी मनवी जी सरदार भीम सिंह जी तोलेवाल सारिया सत्कारयोग शख्सियत दीदार सिंह जी पटवारी पटवारियों ने कहिंदे इस नौजवान इस इलाके बड़ा उच्चे चक्या मेरे वीर चकना भी चाहिए क्योंकि इस इलाके का नौजवान वधिया बुलारा कबड्डी का ये माण इस नौजवान का जिहड़ा सोने की चेन के नाल किया जा रहा है। बहुत बहुत धन्यवाद। जो बोले सो निहाल श्री अकाल। जसवीर सिंह जी जस्सी मनवी साढ़े बहुत ही सत्कारयोग वीर ने एक दो ते तीन जनवरी जिहड़ी जस्सा यादगारी कबड्डी कप मंडिया की होगी। सरदार जगतार सिंह जी ढींसा श्री गुरु अंगद देव पब्लिक स्कूल के डायरैक्टर ने मेरे वीरों जिन्हों का पिछले साल ट्रॉफिया से जोड़ा बकायदा तौर पर स्कूल की ऐड भी लगी हुई सी और उन्होंने वालों 1000 रुपया ढींसा साहब जिहड़ी टीम जितूगी इस मैच में जितने वाली टीम के लिए 1000 रुपये के मान सम्मान होगी। लै भी लाइटा वाले अपन लाइटा जेड़िया मेरा वीर बन के चेक साहब कमल सिंह जी प्रधान साढ़े को स्टेज एंट्री वाली दविंदर सिंह जी आस्ट्रेलिया बागड़िया पहली रेड से मेरे वीर 100 का मान सम्मान देंगे। इधर आप खेड मैदान देखिए पैंती हुई कबड्डी ये नीपा जरगड़ी वाला मेरे वीर जरगड़ी की टीम जी इधर पहुँच चुकी है जी स्क्रीन वाली साइड और दूसरे पास जो टीम है वो टीम जी पहुँच चुकी है बनवौरी हरियाणे की। उधर 22 ते 23 दसंबर की रायकोट के कबड्डी कप की डेट होगी जिथे कहते मेरे वीर फोर ट्रैक्टर दिते जाएंगे बैस ट्रेडर से जाफी को बूटा छापा जी चेचे तौर पर पुजे हुए हैं। इधर खेड मैदान नौजवान ला तकड़ा जफा जस्सी नौजवान जस्सी का मेरे वीरों लगता हुआ खेड मैदान जफा। उधर संदीप कुरड़ जी अगले मैच के लिए इस खेड मैदान आएंगे। संदीप कुरड़ उन्होंने मेरी बेनती है भी वह जल्दी के नाल खेड मैदान कुरड़ लो खेड मैदान नरेंद्र हरियाणे वाला मेरे वीर नरेंद्र हरियाणे वाला प्यारा साउंड मनवी नूं मेरी बेनती है बाबा जी थोड़ी आवाज भारी जी कर दो क्योंकि दर्शक कहिंदे कन्नां जां वजदी है थोड़ी आवाज जिहड़ी भारी जी कर दो बड़ी मेहरबानी होवेगी। इधर खेड मैदान आपां वेखीए नरेंद्र हरियाणे वाला नौजवान कबड्डी पा के पॉइंट लैके वापस जांदा होया अपनी टीम दे लई तगड़े मैच खेडे जा रहे हैं। कमल भरमी जिहड़ी भरमा कट्ठ है इस खेड ग्राउंड दे विच मेरे वीरो दुनिया के स्टार इस खेड मैदान दे विच अपनी खेड का प्रदर्शन करनगे। इधर नौजवान नीपा जरगड़ी वाला इस वेले कबड्डी पाउण दे लई खेड मैदान दे विच वाधा होया है नीपा जरगड़ी वाला। उधर कुलवंत सिंह निजर यूएसए ते नाल अमोलक गाखल जी पलविंदर सिंह जी गाखल इकबाल सिंह जी गाखल ते मनविंदर सिंह जी गाखल ते नथे गाखल उन्हां वल्लों मेरे वीरो अज साडे वीर कहिंदे शेरगढ़ चीमे वाले मेरे वीर परते दा मोटरसाइकिल दे नाल मान सम्मान किया जा रहा है। सिटीलाइट स्टूडियो जी चाबियां जिहड़ियां साडे के एस निन्नी जी समराले वाले कोच साहब वो फड़ाउणगे उन्हां नूं भी मेरी बेनती अगले मैच के लिए मान सम्मान भी जिहड़ा ग्राउंड दे विच किया जाएगा। गौरव दा कहिंदे सोने की मुंदी दे नाल अज मान सम्मान किया जाएगा। कमल कहिंदा भी गौरव नूं अज सोने की मुंदी दे मान सम्मान जिहड़े दित्ते जाणे आ। असीं ग्राम पंचायत बदेशे दा सम्मान कर रहे हां जी सन्मान करेंगे जस्सी मनवी जी के भीम सिंह जी तोलेवाल ग्राम पंचायत बदेशे। खुशी दुग्गा वाला ते बलजीत सैदोके वाला वह भी जल्दी के नाल खेड मैदान दे विच आउणगे। खुशी दुग्गा वाला ते बलजीत सैदोके वाला और उस तो बाद मैं बेनती करांगा शमशेर सिंह जी बाजवा तेजा सिंह जी जो शहीद गुरप्रीत सिंह जी के फादर ने साडे कौम के शहीद गुरप्रीत सिंह जी ते हुण मैं बेनती करांगा भीम सिंह जी चपड़ौदा ते बलबीर सिंह जी चपड़ौदा उन्हां दा भी सन्मान असीं क्लब वल्लों करन जा रहे हां। मेरी बेनती अगले मैच के लिए खीरां वाली अमन क्लब वर्सिज बरवाली दीआं टीमां जिहड़ियां
ਨੀਸ਼ੀ ਆਪਣੀ ਟੀਮ ਨੂੰ ਲੈ ਕੇ ਜਲਦੀ ਦੇ ਨਾਲ ਪਹੁੰਚ ਚੁੱਕਿਆ ਨੌਜਵਾਨ ਨੀਸ਼ੀ ਬਰਵਾਲੀ ਵਾਲਾ ਔਰ ਦੂਸਰੇ ਪਾਸੇ ਅਮਨ ਕਲੱਬ ਖੀਰਾਂ ਵਾਲੀ ਧਾਲੀਵਾਲ ਵੇੜ ਦੇ ਲਈ ਕਹਿੰਦੇ ਅੱਜ ਨਿੱਪਾ ਨੱਲ ਮਾਣਕਾਂ ਦਾ ਮੇਰੇ ਵੀਰੋ ਜੱਫੇ ਲਾਊ ਅਤੇ ਨਾਲ ਯੋਧਾਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ 'ਤੇ ਗਰਾਊਂਡ ਦੇ ਵਿੱਚ ਆ ਜਾਏ ਨੱਲ ਮਾਣਕਾਂ ਦੀ ਟੀਮ ਸੋਰੀ ਯੋਧਾਂ ਦੀ ਟੀਮ ਬਿਨਾਂ ਕਿਸੇ ਦੇਰੀ 'ਤੇ ਗਰਾਊਂਡ ਦੇ ਵਿੱਚ ਆ ਜਾਏ ਉੱਧਰ ਰਿੰਕੂ ਨਿਊਜ਼ੀਲੈਂਡ ਸਾਡਾ ਵੀਰ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਬੈਠਾ ਆਨੰਦ ਮਾਣਦਾ ਕਮਲ ਦਾ ਵੀਰ ਸਾਡੇ ਭਰਾ ਦਾ ਸਾਡਾ ਭਰਾ ਮੇਰੇ ਵੀਰੋ ਹਰ ਇੱਕ ਪੁਆਇੰਟ 'ਤੇ ਮੇਰੇ ਵੀਰੋ ਅਗਲੇ ਮੈਚਾਂ ਦੇ ਲਈ ਇਹਨਾਂ ਕਬੱਡੀ ਦੇ ਖਿਡਾਰੀਆਂ ਦਾ ਮਾਣ ਕਰੇਗਾ ਜਿੰਨੇ ਵੀ ਜੱਫੇ ਕਹਿੰਦੇ ਅਗਲੇ ਮੈਚਾਂ ਦੇ ਦੌਰਾਨ ਲੱਗਣਗੇ ਹਰ ਇੱਕ ਜੱਫੇ ਦਾ ਵੱਡੇ ਪੱਧਰ 'ਤੇ ਮਾਣ ਜਿਹੜਾ ਖੇਡ ਮੈਦਾਨ ਦੇ ਵਿੱਚ ਕੀਤਾ ਜਾਵੇਗਾ ਲਓ ਨੀਪਾ ਜਰਗੜੀ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਨੌਜਵਾਨ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਉੱਧਰ ਹਰਿਆਣੇ ਦੀ ਟੀਮ ਦਾ ਲੈ ਵੀ ਨਰਿੰਦਰ ਦੇਖੀ ਜ਼ਰਾ ਦੱਸੀ ਜ਼ਰਾ ਨਾਂ ਇਸ ਗੱਭਰੂ ਦਾ ਕੀ ਹੈ ਇਹ ਮਨੋਜ ਹਰਿਆਣੇ ਵਾਲਾ ਮੇਰੇ ਵੀਰੋ ਅੱਜ ਪੰਜਾਬ ਦੇ ਕਹਿੰਦੇ ਦੁਆਬੇ ਦੇ ਵਿੱਚੋਂ ਟੀਮਾਂ ਪੁੱਜੀਆਂ ਅੱਜ ਮਾਝੇ ਦੇ ਵਿੱਚੋਂ ਚੋਲਾ ਸਾਹਿਬ ਦੀ ਟੀਮ ਪੁੱਜੀ ਹੋਈ ਹੈ ਅਤੇ ਮਾਲਵੇ ਦੀਆਂ ਟੀਮਾਂ 'ਤੇ ਖੇਡ ਹੀ ਰਹੀਆਂ ਉੱਥੇ ਹਰਿਆਣੇ ਦੀ ਟੀਮ ਪੰਜਾਬ ਦਾ ਭਰਾ ਹਰਿਆਣਾ ਹੈ ਹਰਿਆਣੇ ਦੇ ਵਿੱਚੋਂ ਵੀ ਟੀਮ ਜਿਹੜੀ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਮੇਰੇ ਵੀਰੋ ਖੇਡਣ ਦੇ ਲਈ ਪੁੱਜੀ ਹੋਈ ਹੈ ਅੱਜ ਦੇ ਟੂਰਨਾਮੈਂਟ ਨੂੰ ਲਾਈਵ ਪੂਰੀ ਦੁਨੀਆ ਦੇ ਵਿੱਚ ਕਬੱਡੀ 365.com ਸਾਡੇ ਪ੍ਰਦੀਪ ਹੋਣੀ ਵੀਰ ਦਿਖਾ ਰਹੇ ਹੈ ਇਹਨਾਂ ਵੀਰਾਂ ਦਾ ਧੰਨਵਾਦ ਹੈ ਹੈਪੀ ਸਿੱਧੂ ਉਹਨਾਂ ਦਾ ਉੱਧਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਜਰਗੜੀ ਵਾਲਾ ਸਿੱਖ ਸਰਦਾਰ ਇੱਕ ਪਾਸੇ ਰਿੰਪੀ ਜਰਗੜੀ ਦਾ ਅਤੇ ਦੂਸਰੇ ਪਾਸੇ ਇਹ ਨਰੇਸ਼ ਨਰਿੰਦਰ ਹਰਿਆਣੇ ਵਾਲਾ ਮੇਰੇ ਵੀਰੋ ਲਓ ਸਵਾਦ ਆ ਗਿਆ ਮੇਰੇ ਵੀਰੋ ਇਹ ਨੌਜਵਾਨ ਦਾ ਵੀ ਕਹਿੰਦੇ ਨਾਂ ਚੱਲਿਆ ਪਰ ਅੱਜ ਆਪਣੀ ਟੀਮ ਪਿੰਡ ਦੀ ਟੀਮ ਦੇ ਨਾਲ ਮੇਰੇ ਵੀਰੋ ਇਹਨਾਂ ਨੌਜਵਾਨਾਂ ਨੂੰ ਖਿਡਾਉਣ ਦੇ ਲਈ ਪੁੱਛਦਾ ਪਰ ਜੱਫੇ ਕਹਿੰਦੇ ਰਿੰਪੀ ਜਰਗੜੀ ਵਾਲਾ ਠੋਕਵੇਂ ਡਿੰਪੀ ਜਰਗੜੀ ਰਿੰਪੀ ਦਾ ਵੀਰ ਠੋਕਵੇਂ ਲਾਉਂਦਾ ਖੇਡ ਮੈਦਾਨ ਦੇ ਵਿੱਚ ਸਰਦਾਰ ਦਲਜੀਤ ਸਿੰਘ ਜੀ ਆਸਟ੍ਰੇਲੀਆ ਇੱਕ ਸੌ ਦਾ ਮਾਣ ਸਨਮਾਨ ਇਸ ਜਾਫੀ ਦੇ ਲਈ ਪੁੱਜਦਾ ਕਰਦੇ ਹੈ ਬਹੁਤ ਬਹੁਤ ਧੰਨਵਾਦ ਸੰਦੀਪ ਕੁਰੜ ਉਹ ਵੀ ਸਾਡਾ ਵੀਰ ਅਗਲੇ ਮੈਚਾਂ ਦੌਰਾਨ ਖੇਡ ਮੈਦਾਨ ਦੇ ਵਿੱਚ ਆਵੇਗਾ ਇੱਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਧਾਵੀ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਚੱਲ ਵੀ ਨੌਜਵਾਨ ਹੈ ਪਾ ਵੀ ਗੱਭਰੂ ਆ ਕਬੱਡੀ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡਜੂ ਕਰਦੀ ਜਾਫ ਜਿਵੇਂ ਝਪਟ ਹੈ ਚੀਤੇ ਦੀ ਰੇਡ ਵਾਂਗ ਹਿਰਨ ਉਡਾਰੀ ਭਰਦੀ ਰੇਡ ਵਾਂਗ ਹਿਰਨ ਉਡਾਰੀ ਭਰਦੀ ਉੱਧਰ ਚਾਰ ਇੱਕ ਪਾਸੇ ਜੱਸੀ ਹੁਣ ਚਾਰਾਂ ਦੇ ਵਿੱਚੋਂ ਦੇਖਣਾ ਵੀ ਕਿਹੜਾ ਜਾਫੀ ਇਸ ਨੌਜਵਾਨ ਹਰਿਆਣੇ ਵਾਲੇ ਨੂੰ ਮੇਰੇ ਵੀਰੋ ਡੱਕ ਕੇ ਆਪਣੀ ਟੀਮ ਦੇ ਲਈ ਪੁਆਇੰਟ ਜੋੜੂ ਇਹ ਤਿੰਨੂ ਨੌਜਵਾਨ ਬਨਵਾਰੀ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਹਰਿਆਣੇ ਦੇ ਕਹਿੰਦੇ ਸਿੱਲੂ ਵਰਗੇ ਹਰਿਆਣੇ ਦੇ ਸੰਦੀਪ ਪਾਟਲ ਵਰਗੇ ਬਿੱਛੂ ਵਰਗਿਆਂ ਦਾ ਨਾਂ ਜਿਹੜਾ ਕਬੱਡੀ ਦੇ ਵਿੱਚ ਹਰਿਆਣੇ ਦਾ ਆਇਆ ਅੱਜ ਕਹਿੰਦੇ ਦੜਵੇ ਦੀ ਟੀਮ ਦੇ ਲਈ ਖੇਡ ਰਿਹਾ ਮੇਰੇ ਵੀਰੋ ਵੱਡਾ ਨਾਂ ਹੈ ਹਰਿਆਣੇ ਦਾ ਹਰਿਆਣੇ ਦੇ ਵਿੱਚ ਕਹਿੰਦੇ ਮੈਡਲ ਜ਼ਿਆਦਾ ਆਏ ਹੈ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਅਗਲੀ ਰੇਡ ਇਸ ਵੇਲੇ ਪਾਉਣ ਦੇ ਲਈ ਵਧਿਆ ਹੋਇਆ ਗੱਭਰੂ ਇਹ ਨੌਜਵਾਨ ਜਰਗੜੀ ਵਾਲਾ ਗੋਗੀ ਉਹਨਾਂ ਦਾ ਸ਼ੀਰੇ ਉਹਨਾਂ ਦਾ ਨਿੱਕੇ ਉਹਨਾਂ ਦਾ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਮੇਰੇ ਵੀਰੋ ਜਰਗੜੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਪਰ ਦੂਸਰੇ ਪਾਸੇ ਬਨਵਾਰੀ ਹਰਿਆਣੇ ਦੀ ਟੀਮ ਵੀ ਕਿਸੇ ਗੱਲੋਂ ਘੱਟ ਨਹੀਂ ਉੱਧਰ ਫੇਸਬੁੱਕ 'ਤੇ ਲਗਾਤਾਰ ਅਪਡੇਟ ਜਿਹੜੀ ਚੱਲ ਰਹੀ ਹੈ ਕਬੱਡੀ ਵਾਈਫਾਈ ਪੇਜ ਅੰਮ੍ਰਿਤ ਬੱਸੀਆਂ ਹੋਣੀ ਜੈਂਕੀ ਜੱਟ ਹੋਣੀ ਅਤੇ ਦੂਸਰੇ ਪਾਸੇ ਕਬੱਡੀ ਮੇਰੀ ਜਿੰਦ ਜਾਨ ਪੇਜ ਸੁੱਖੇ ਜੈਲਦਾਰ ਹੋਣਾ ਦਾ ਸਨੀ ਗਿੱਲ ਹੋਣਾ ਦਾ ਦੀਪ ਢੰਡਰੀਆਂ ਹੋਣਾ ਦਾ ਮੇਰੇ ਵੀਰੋ ਲਖਵੀਰ ਬੈਨੀਪਾਲ ਹੋਣਾ ਦਾ ਜਿਹੜਾ ਪੇਜ ਹੈ ਦੋਨੋਂ ਪੇਜ ਨੇ ਜਿਹੜੇ ਮੇਰੇ ਵੀਰੋ ਉੱਥੇ ਲੌਂਗੋਵਾਲੀਆ ਸੁਖਜੀਤ ਉਹ ਵੀ ਸਾਡਾ ਵੀਰ ਪੁੱਜਿਆ ਹੋਇਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਅਗਲੀ ਰੇਡ ਮੇਰੇ ਵੀਰੋ ਇਸ ਨੌਜਵਾਨ ਜਰਗੜੀ ਵਾਲੇ ਦੀ ਵਾਹ ਨੌਜਵਾਨ ਇਹ ਵਾਹ ਵਾਹ ਬੱਲੇ ਬੱਲੇ ਹੋ ਗਈ ਮਿੱਤਰੋ ਲੈ ਵੀ ਨੌਜਵਾਨਾਂ ਮੁਕਾਬਲਾ ਜਿਹੜਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਇਹ ਸਖਤ ਹੋਇਆ ਪਿਆ ਬੱਲੇ ਬੱਲੇ ਹੋਈ ਪਈ ਹੈ ਇਹ ਪੁਆਇੰਟ ਜਰਗੜੀ ਦੀ ਟੀਮ ਦਾ ਲਓ ਨਾਲ ਹੀ ਮੁਕਾਬਲਾ ਸਮਾਪਤ ਹੋ ਚੁੱਕਾ ਮੇਰੇ ਵੀਰੋ ਰੁਪਿੰਦਰ ਜਲਾਲ ਜੀ ਨੋਟ ਕਰਿਓ ਹਾਂਜੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਮੀਤ ਪ੍ਰਧਾਨ ਆਲ ਇੰਡੀਆ ਕਾਨਗੋ ਪਟਵਾਰ ਸੰਘ ਪਲਵਿੰਦਰ ਸਿੰਘ ਜੀ ਢਿੱਲੋਂ ਅਤੇ ਮੋਹਨ ਸਿੰਘ ਜੀ ਭੇਡਪੁਰਾ ਦੀ ਸਰਪ੍ਰਸਤੀ ਦੇ ਵਿੱਚ ਜਿੰਨਾ ਵੀ ਰੈਵਨਿਊ ਮਹਿਕਮਾ ਆਇਆ ਉਹਨਾਂ ਵੱਲੋਂ ਕਰੀਬ 1,00,000 ਰੁਪਈਆ ਇਸ ਟੂਰਨਾਮੈਂਟ ਦੀ ਮਹਿਕ ਸਹਾਇਤਾ ਕੀਤੀ ਗਈ ਆ ਸਾਰੇ ਹੀ ਸਾਡੇ ਜੋ ਤਹਿਸੀਲ ਪ੍ਰਧਾਨ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਉਹਨਾਂ ਵੱਲੋਂ ਟੋਟਲ ਇਸ ਟੂਰਨਾਮੈਂਟ ਦੇ ਲਈ ਰੈਵਨਿਊ ਪਟਵਾਰ ਯੂਨੀਅਨ ਵੱਲੋਂ 1,00,000 ਰੁਪਏ ਦਾ ਵੱਡਾ ਯੋਗਦਾਨ ਆ ਜੀ ਜਰਗੜੀ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਜੀ ਜਰਗੜੀ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ ਮੇਰੇ ਦਰਸ਼ਕ ਵੀ ਨੋਟ ਕਰਨਗੇ ਜਰਗੜੀ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਸਰਦਾਰ ਬਚਿੱਤਰ ਸਿੰਘ ਜੀ ਕੈਪਟਨ ਸਾਹਿਬ ਗੁਰਮੇਲ ਸਿੰਘ ਜੀ ਮੇਲੀ ਸਰਪੰਚ ਮੰਨਵੀ ਗੁਰਿੰਦਰ ਸਿੰਘ ਜੀ ਬੂਲਾਪੁਰ ਸਰਪੰਚ ਕੁਲਵਿੰਦਰ ਸਿੰਘ ਜੀ ਗੋਲੂ MD RTI ਚਰਨਜੀਤ ਸਿੰਘ ਜੀ ਚੰਨਾ MD ਕਰਨ ਫਾਈਨੈਂਸ ਨਾਭਾ ਪੰਜਾਬ ਫਾਈਨੈਂਸ ਮਰੇਲਕੋਟਲਾ ਕਰਮਜੀਤ ਸਿੰਘ ਜੀ ਬਿੱਟੂ ਨਾਰੀਗੇ ਅਤੇ ਜਸਵੀਰ ਸਿੰਘ ਜੀ ਲਾਲਾ ਕਾਂਗਰਸੀ ਆਗੂ ਮੇਰੇ ਵੀਰੋ ਉੱਥੇ ਸਰਦਾਰ
जगदेव सिंह पटवारी दी रेवन्यू पटवार यूनियन जिला खजानची जगदीप सिंह जी झूंदा पटवारी अजय कुमार पटवारी जी प्रधान मरेलकोटला पलविंदर सिंह जी पटवारी साहब मीत प्रधान आल इंडिया पटवार यूनियन ते सरदार सोहन सिंह जी भेड़परा सीनियर मीत प्रधान पंजाब हरकीर ढींसा जी ते दीदार पटवारी जी इन्हां सारियां सत्कारयोग शख्सियतां दा बहुत बहुत धन्यवाद करते हैं। दी रेवन्यू पटवार यूनियन पंजाब यरगड़ी की टीम का 1000 रुपया जिहड़ा स्टेज तो तुसीं प्राप्त कर सकते हो श्री गुरु तेग बहादुर स्पोर्ट्स सॉरी श्री गुरु तेग बहादुर पब्लिक स्कूल वालों। एक दो ते तीन चार दसंबर है जी दलणवाल के कबड्डी टूरनामेंट की होगी आप सबनों सदा है दलणवाल के टूरनामेंट की आ भी संदीप अगले मैचों के लिए नौजवान है संदीप कुरड़ सरदार करमजीत सिंह जी लांगड़ियां डायरैक्टर साहब वो भी स्टेज पर विराजमान ने असं उन्हों का भी बहुत बहुत धन्यवाद करते हैं। हरिंदर सिंह जी चपड़ौदे वाले कहते निशी बरवाली वाला जिन्हें जफ्फे लाऊ हर एक जफ्फे का एक सौ के मान सम्मान किया जाना है हर एक जफ्फे का एक सौ के आ भी संदीप कि संदीप कुरड़ नूं दाणा पानी लै वतना तो दूर गया साडा वीर पंजाब का प्रसिद्ध जिहड़ा गीतकार पंजाब का प्रसिद्ध कबड्डी का बुलारा इसलिए अगले मैच दीआं सेवावां दे लई इस माइक के उत्ते आएगा वाहिगुरु जी का खालसा वाहिगुरु जी की फतेह के अरदास करके जब कारकी शुरू करते फिर जीत ही जीत पंजाबियों की आए गए की सेवा में ना कसर सड़ते पुरानी यह भी है रीत पंजाबियों की जबर जुल्म नूं जड़ तो कट दिंदी उठी जदों शमशीर पंजाबियों की बिड़िंग देश नूं शहीदियां पाउण विच भी कतार पहली है वीर पंजाबियों की जिथे समुचा स्पोर्ट्स क्लब मेरे वीरियो जियो ऐनू आख रहे उत्थे बहुत सोहणे मैच जिहड़े खेड मैदानां दे विच खेडे जा रहे हैं। बात सुने खीरा वाली की टीम मेरे वीरो इधर स्क्रीन वाली साइड है बरवाली की साइड जी टीम वह जी टी रोड वाली साइड है दविंदर आस्ट्रेलिया बागड़िया तो 100 रुपये के मान सम्मान भेज रहे मेरे वीरियो जिहड़ा भी खिडारी पॉइंट लवेगा जेडे वीर की कोई ड्यूटी नहीं कृपा करके वह बैठ जाएंगे। बात सुने मेरे वीरियो खेड मैदान के नौजवान गभरू का बोलिया हुआ धावा एक पासे मेरे वीरियो खीरा वाली की धरती का जिस धरती ने दुनिया के महारथी खिडारी पैदा किए हैं उस धरती का नौजवान मेरे वीरियो सोनू की पई हुई कबड्डी दूजे पासे बरवाली वाले जाफी ने भी बहुत सोहनी कोशिश की और लखा जहा पॉइंट अपनी टीम के लिए जुड़े। जगदीप सिंह जी झूंदा पटवारी साहब एक मिनट स्टेज पर आ जाने जी जगदीप सिंह जी झूंदा पटवारी साहब बात सुने पा भी गभरू है कबड्डी लाओ खेड मैदान के मेरे वीरियो फिर बोलिया हुआ धावा नौजवान बरवाली वाला जिमें गल बब्बू मान ने की है कि ना फड़ कमलीए ना फड़ उड़दे बाजा सिंह मारते ठोकर तकता ताजा एक पासे अमन मेरे वीरियो लाओ खेड मैदान के बरवाली वाला कबड्डी पा रहे। बात सुने एक पासे बात सुने लो इधरले पासे बेला गल वाला मेरे वीरियो आख रहा भी पॉइंट जरा धावी है अगली कबड्डी नौजवान अंग्रेज मेरे वीरियो पाउण दे लई वाधा होए दूजे पासे चार जाफी बरवाली की धरती दे पई हुई कबड्डी अंग्रेज मेरे वीरियो खेड मैदान दे विच एक अडेंचा पिंड दा बहुत मेरे वीरियो प्रसिद्ध खिडारी अडेंचा ने पैदा किया है एक पासे खेड मैदान दे विच बरवाली वाले जाफी ने बहुत सोहनी कोशिश की है बहुत सोहने पॉइंट जाफी का कि खुच पट्टनी ते बड़ी औखी लाउणी है कबड्डी विच ढाक मित्रो जिंदा चपड़ौदे वालों बरवाली दे जाफी दे लई 100 रुपये दे मान सम्मान भेज रहे हैं। इधरले पासे मेरे वीरियो रवि बरवाली की धरती का फिर कबड्डी पा रहे बात सुने दूजे पासे अमन खीरा वाली आ बहुत सोहनी कोशिश करता है एक पासे रवि बरवाली का
ਹੇ ਅਮਨ ਮੇਰੇ ਵੀਰਿਓ, ਖੀਰਾਵਾਲ ਦੀ ਧਰਤੀ ਦਾ ਬਹੁਤ ਸੋਹਣੀ ਕੋਸ਼ਿਸ਼ ਕਰਦਾ ਹੈ, ਬਹੁਤ ਸੋਹਣੀ ਮੇਰੇ ਵੀਰਿਓ, ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣੀ। ਜੇ ਨਿਸ਼ੀ ਜਫਾ ਲਾਵੇਗਾ ਤਾਂ ਗੁਰਵਿੰਦਰ ਜੂਕੇ ਵੱਲੋਂ ਮੇਰੇ ਵੀਰਿਓ 100 ਰੁਪਈਏ ਦੇ ਜਿਹੜੇ ਮਾਨ ਸਨਮਾਨ ਹੋਣੇ ਹੈ। ਉੱਥੇ ਕਮਲ ਦਾ ਵੀਰ ਮੇਰੇ ਵੀਰਿਓ ਨਿਊਜ਼ੀਲੈਂਡ ਤੋਂ ਮਾਇਆ ਦੇ ਗੱਫੇ ਪੁੱਜਦੇ ਕਰ ਰਹੇ ਹੈ। ਬਹੁਤ ਬਹੁਤ ਧੰਨਵਾਦ ਸਾਰੇ ਸਮੁੱਚੇ ਸਪੋਰਟਸ ਕਲੱਬ ਦੇ ਵੀਰਾਂ ਦਾ। ਲੈ ਇੱਧਰਲੇ ਪਾਸੇ ਪਈ ਹੋਈ ਕਬੱਡੀ, ਜਾਫੀ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਮੇਰੇ ਵੀਰਿਓ ਕਿ ਖੁੱਚ ਪੱਟਣੀ ਅਤੇ ਬੜੀ ਔਖੀ ਲਾਉਣੀ ਹੈ। ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ। ਅਗਲੀ ਕਬੱਡੀ ਫਿਰ ਨਾ ਹੋਈ ਉਹਨੂੰ ਸਿੱਖ ਸਰਦਾਰ ਖਿਡਾਰੀ ਦੀ ਪੈਂਦੀ ਹੋਈ ਮੇਰੇ ਵੀਰਿਓ ਗਿਆਨੀ ਖੇਡ ਮੈਦਾਨ 'ਚ ਬਰਵਾਲੀ ਦੀ ਧਰਤੀ ਦਾ ਕਬੱਡੀ ਪਾ ਰਹੇ। ਸੋਨੀ ਬਿੰਜੋ ਕਿਹਨੂੰ ਘਰੇ ਬੁਲਾਇਆ ਉਹ ਵੀਰ ਕਿਰਪਾ ਕਰਕੇ ਉੱਥੇ ਪਹੁੰਚ। ਅਗਲੀ ਟੀਮ ਦੇ ਲਈ ਧਾਲੀਵਾਲ ਵੇਟ ਦੇ ਯੋਧਾ ਉਹ ਕਿਰਪਾ ਕਰਕੇ ਤਿਆਰੀ ਰੱਖਣਗੇ ਅਗਲੇ ਮੈਚਾਂ ਦੇ ਲਈ। ਧਾਲੀਵਾਲ ਵੇਟ ਵਰਸੇ